Thank you.
Thank you.
ਛੋਟਾ ਮਸਲਾ ਹੋਵੇ ਵੀਰ ਜੀ ਹੁਣੀ ਜ਼ਰੂਰ ਵਿੱਚ ਇਨਵੋਲਵ ਹੋ ਕੇ ਸੋਲਵ ਕਰ ਦਿੰਦੇ।
ਕੋਈ ਮਦਦ ਦੀ ਲੋੜ ਹੋਵੇ ਅਕੈਡਮੀ ਲਈ, ਕੁਛ ਵੀ ਕਰਨਾ ਹੋਵੇ ਛੱਡੀ ਆਪਾਂ ਕੁਛ ਵੀ, ਸਾਡੇ ਨਾਲ ਖੜਦੇ ਹਾਂ। ਮੈਨੂੰ ਮਾਣ ਹੈ ਵੀਰ ਜੀ ਉਹਨਾਂ ਨੂੰ ਪਤਾ ਹੈ ਸਾਡੇ ਰੋਗੀ ਸੱਚ ਬੋਲ ਕੇ ਹਾਜ਼ਰ ਹੁੰਦੀ ਆ, ਬਚਦੀ ਆ, ਝੂਠ ਬੋਲ ਕੇ ਸਾਡੇ ਨਹੀਂ ਬਚਦੇ। ਮੈਂ ਹੁਣ ਪਹਿਲਾਂ ਸੀ ਸਾਡਾ 9 ਤੋਂ 11 ਕੀਰਤਨ ਸੀ ਕਿਲਾ ਰਾਏਪੁਰ, ਮੈਂ ਅੱਜ ਬਾਬਾ ਸਾਹਿਬ ਦੇ ਜ਼ਿਆਦਾ ਬੋਲ ਕੇ ਆਇਆ ਕਿਉਂਕਿ ਪ੍ਰਬੰਧਕਾਂ ਦਾ ਹੁਕਮ ਸੀ, ਕਹਿੰਦੇ ਵੀ ਲੋਕ ਸੁਣਨਾ ਪਸੰਦ ਕਰਦੇ ਅੰਬੇਦਕਰ ਸਾਹਿਬ ਨੂੰ, ਉਹ ਭੁੱਲੇ ਹੋ। 1950 ਤੋਂ ਪਹਿਲਾਂ ਤੇ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਨਹੀਂ ਮਨਾ ਸਕਦੇ ਸੀ, 1950 ਤੋਂ ਬਾਅਦ ਸ਼ੁਰੂ ਹੋਇਆ ਸਿਲਸਿਲਾ, ਸੰਵਿਧਾਨ ਤੋਂ ਬਾਅਦ ਪੜ੍ਹ ਲਿਓ। ਗੁਰੂ ਘਰ ਬਣਿਆ ਨੂੰ ਕਿੰਨਾ ਟਾਈਮ ਹੋ ਗਿਆ, ਕਿਤੇ ਸੁਣਿਆ ਵੀ ਰਵਿਦਾਸ ਮਹਾਰਾਜ ਦਾ ਗੁਰਦੁਆਰਾ 200 ਸਾਲ ਪੁਰਾਣਾ, ਮੰਦਿਰ ਤੇ ਹੋ ਸਕਦਾ ਹੈ ਕਿਉਂਕਿ ਬਾਹਮਣ ਨੇ ਲੱਕ ਲਾ ਲਿਆ ਸੀ, ਮੰਦਿਰ ਤੇ ਹੋ ਸਕਦਾ ਗੁਰੂ ਘਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਮਿਲੇਗਾ ਵੀ ਹਾਂ ਰਵਿਦਾਸ ਮਹਾਰਾਜ ਦਾ ਗੁਰਦੁਆਰਾ ਤੇ 200 ਸਾਲ ਪੁਰਾਣਾ ਹੈ। ਸਾਨੂੰ ਬਹੁਤ ਦਬਾ ਕੇ ਰੱਖਿਆ ਗਿਆ ਸੀ, ਆਪਾਂ ਵਿਚਾਰਾਂ ਕਰਨ। ਮਹਾਰਾਜ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਕਮਾਲ ਦਾ ਬਚਨ ਹੈ। ਦੋ ਨਸਕੇਮ ਇੱਕ ਸਵਾਰ, ਇੱਕ ਦੀ ਗੱਲ ਹੈ ਇੱਥੇ, ਦੂਜੇ ਤੀਜਾ ਨਾ ਸੀ ਨਾ ਹੈ ਨਾ ਹੋਏਗਾ ਭਾਈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੇ ਵੀ ਸੱਚ, ਇੱਕ ਓਅੰਕਾਰ। ਇਹਦਾ ਮਤਲਬ ਇਹ ਨਹੀਂ ਵੀ ਤਿੰਨੀ ਕਰੋੜ ਇੱਕ ਹੈ ਤੇ ਜਿੰਨੇ ਹੋਰ ਦੁਨੀਆ ਵੀ ਗੁਰੂ ਬਣੇ ਬੈਠੇ ਉਹ ਵੀ, ਇਹਦਾ ਮਤਲਬ ਇਹ ਨਹੀਂ। ਉਹ ਜਿਹੜਾ ਸਭ ਕੁਝ ਬਣਾਉਣ ਵਾਲਾ, ਚਲਾਉਣ ਵਾਲਾ, ਮਿਟਾਉਣ ਵਾਲਾ ਉਹ ਇੱਕੋ ਹੀ ਹੈ। ਨਾ ਉਹ ਮਰੇ ਨਾ ਉਹ ਵੈਸੋਗ ਦਿੰਦਾ ਰਹੇ ਨਾ ਚੁੱਕੇ ਭੋਗ, ਹੁਣ ਇਹੋ ਹੋਏ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਆਪੋ ਸਖਣਾ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਹੋਏ, ਨਾਨਕ ਇਸ ਬਲਿਹਾਰਨ ਹੈ ਜਲ ਤਲ ਮਹੀ ਰਸੋਈ ਆਪੋ ਸਖਣਾ। ਅਸੀਂ ਤੇ ਕਿਤੇ ਵੀ ਜਾਈਏ, ਦੇਸ਼ ਵਿੱਚ ਹੋਈ, ਵਿਦੇਸ਼ ਵਿੱਚ ਹੋਈ, ਅਸੀਂ ਇੱਕ ਕਦੇ ਹੀ ਆਸਰਾ ਲੈਂਦੇ ਹਾਂ ਭਾਈ, ਇੱਕ ਕਦੇ ਹੀ। ਹੁਣ ਗੱਡੀਆਂ ਤੇ ਘੁੰਮਦੇ ਆ, ਕੱਲ੍ਹ ਨੂੰ ਚਾਹੇ ਸਾਈਕਲ ਤੇ ਆ ਜੀ, ਆਸਰਾ ਫਿਰ ਵੀ ਕਦੇ ਰਹੇਗਾ ਤੋ ਸਾਧਨਾ। ਸੱਚੀ ਰੀਤ ਹਮ ਤੁਮਸੇ ਜੋਰੀ, ਤੁਮਸੇ ਜੋਰ ਅਬਰ ਸੰਗੋ। ਯਾ ਸਵਾਦ ਵਾਲੀ ਗੱਲ ਵੀ ਮੇਰੇ ਮਾਲਕਾ, ਮੈਂ ਬੜੇ ਥਾਵੇਂ ਪੜ੍ਹਦਾ ਸੀ, ਮੈਂ ਦੇਵੀ ਦੇਵਤਿਆਂ ਨੂੰ ਵੀ ਮੰਨਦਾ ਸੀ, ਮੈਂ ਪੀਰਾਂ ਨੂੰ ਵੀ ਮੰਨਦਾ ਸੀ, ਮੈਂ ਦੁਨਿਆਵੀ ਗੁਰਾਂ ਨੂੰ ਗੁਰੂਆਂ ਨੂੰ ਵੀ ਰੱਬ ਬਣੀ ਬੈਠਾ ਸੀ, ਪਖੰਡੀਆਂ ਨੂੰ ਵੀ ਧਾਰੀਆਂ, ਪਰ ਮੇਰੇ ਮਾਲਕ ਜਦੋਂ ਤੇਰੀ ਬਾਣੀ ਪੜ੍ਹੀ ਮੈਨੂੰ ਪਤਾ ਲੱਗਿਆ ਵੀ ਦੁਨੀਆਂ ਨੂੰ ਬਣਾਉਣ ਵਾਲਾ, ਦੁਨੀਆਂ ਨੂੰ ਚਲਾਉਣ ਵਾਲਾ, ਦੁਨੀਆਂ ਨੂੰ ਮਿਟਾਉਣ ਵਾਲਾ ਕੇਵਲ ਇੱਕੋ ਓਅੰਕਾਰ ਹੈ, ਸਤਨਾਮ, ਜਿਹੜਾ ਸਾਰੇ ਸ਼ਰੀਰਾਂ ਵਿੱਚ ਰਹਿੰਦਾ। ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲੇ, ਉਹ ਬੋਲੇ ਗਏ ਮਹਾਰਾਜ ਕਹਿੰਦੇ ਹੋਰ ਕੌਣ ਬੋਲਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਧਰ ਜੀ ਆਏ ਇੱਕ ਟੇਕ ਤੋਂ, ਇੱਕ ਦੀ ਗੱਲ ਹੋਈ ਹੈ, ਧਰ ਜੀ ਆਏ ਇੱਕ ਟੇਕ ਤੋਂ ਲਾਹੇ ਵਿਡਾਨੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ। ਅੱਛਾ ਨਾਮ ਤੇ ਆਉਣਾ ਕੀ, ਨਾਮ ਤੇ ਆਉਣਾ ਪਹਿਲੀ ਗੱਲ ਸੁਣ, ਸਾਡੇ ਮੋਬਾਈਲ ਫੋਨਸ ਨੇ ਇਹਨਾਂ ਨੂੰ ਚਾਰਜ ਕਰਨਾ ਪੈਂਦਾ ਹੈ, ਬਿਲਕੁਲ ਇਹ ਬਾਡੀ ਇਹਦੇ ਵਿਚਲਾ ਜਿਹੜਾ ਮਾਈਂਡ ਐਂਡ ਬ੍ਰੇਨ ਹੈ ਇਹਨੂੰ ਵੀ ਚਾਰਜ ਕਰਨਾ ਪੈਂਦਾ। ਚਾਰਜ ਹੁੰਦਾ ਚੰਗੇ ਲੋਕਾਂ ਦੀ ਸੰਗਤ ਨਾਲ, ਚਾਰਜ ਹੁੰਦਾ ਚੰਗੀਆਂ ਬੁੱਕਸ ਪੜ੍ਹਨ ਨਾਲ, ਚਾਰਜ ਹੁੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨ ਨਾਲ। ਇਹਦੀ ਬੈਟਰੀ ਫੁੱਲ ਹੋ ਜਾਂਦੀ ਹੈ ਬਾਣੀ ਪੜ੍ਹ ਕੇ ਤੇ ਮੰਨ ਕੇ ਸਮਝ ਕੇ, ਕੇਵਲ ਪੜ੍ਹ ਕੇ ਵੀ
ਯਾਦ ਰੱਖਿਓ, ਕੇਵਲ ਸੁਣਾ ਕੇ ਵੀ, ਕੇਵਲ ਸੁਣ ਕੇ ਵੀ ਨਹੀਂ, ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਫਿਰ ਮੰਨ ਕੇ ਤੁਹਾਡੇ ਦਿਮਾਗ ਦੀ ਬੈਟਰੀ ਫੁੱਲ ਹੋ ਜਾਏਗੀ। ਵੀ ਅੱਗੇ ਵਧੀਆ ਹੋ ਰਹੀ ਫਿਰ ਨਾ ਜਿਹਦੀ ਬੈਟਰੀ ਫੁੱਲ ਹੁੰਦੀ ਹੈ ਗੁਰਬਾਣੀ ਦੀ, ਗੁਰਬਾਣੀ ਦੇ ਵਿਚਾਰ ਨਾਲ, ਗੁਰਬਾਣੀ ਦੀ ਐਨਰਜੀ ਨਾਲ, ਫਿਰ ਉਹਦਾ ਜ਼ਿੰਦਗੀ ਦੇ ਵਿੱਚ ਤੁਰਨ ਦਾ, ਫਿਰਨ ਦਾ, ਬੋਲਣ ਦਾ, ਚੱਲਣ ਦਾ, ਪਹਿਨਣ ਦਾ, ਉੱਠਣ ਦਾ, ਬੈਠਣ ਦਾ ਸਾਰਾ ਤਰੀਕਾ ਅਲੱਗ ਹੁੰਦਾ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੀ ਵਿਖਮ ਮਾਰਗ ਚੱਲਣਾ, ਭਗਤਾਂ ਦੇ ਸੰਸਾਰੀਆਂ ਜੋੜ। ਮਹਾਰਾਜ ਬਾਣੀ ਵਿੱਚ ਦੱਸ ਹੁਣ ਆਪਾਂ ਪਹਿਲਾ ਪੁਆਇੰਟ ਲਿਆ ਜਿੱਥੇ ਮੈਂ ਰੁਕੀ, ਕਾਇਮ ਦਾਇਮ ਸਦਾ ਪਾਤਸ਼ਾਹ, ਇੱਥੇ ਮੈਂ ਰੁਕੀ। ਪਰਸੋਂ ਇੱਕ ਵਿਚਾਰ ਹੋਈ ਸੀ, ਅਸੀਂ ਨਗਰ ਕੀਰਤਨ ਦੇ ਸੀ ਧਨੌਲੇ ਲਾਗੇ ਦਾਂਗੜ, ਜਿੱਥੇ ਅੰਬੇਦਕਰ ਕਲੱਬ ਵੱਲੋਂ ਸਾਨੂੰ ਬੁਲਾਇਆ ਗਿਆ ਸੀ। ਉਹਨਾਂ ਨੇ ਸਾਨੂੰ ਬਾਬਾ ਸਾਹਿਬ ਅੰਬੇਦਕਰ ਦੇ ਇੱਕ ਪ੍ਰੋਗਰਾਮ ਤੇ ਸੁਣਿਆ ਸੀ, ਸਾਨੂੰ ਕਹਿੰਦੇ ਤੁਸੀਂ ਕੀਰਤਨ ਵੀ ਕਰ ਲੈਂਦੇ, ਮੈਂ ਕਿਹਾ ਭਾਵ ਅਸੀਂ ਕੀਰਤਨ ਹੀ ਕਰਦੇ ਹਾਂ। ਕਹਿੰਦੇ ਤੁਸੀਂ ਤੇ ਇੱਥੇ ਬਾਬਾ ਸਾਹਿਬ ਨਾਲ ਸੰਬੰਧਿਤ ਗੀਤ ਗਾਏ ਦੇ, ਮੈਂ ਕਿਹਾ ਉਹ ਵੀ ਸਾਡਾ ਕੀਰਤਨ ਹੀ ਸੀ। ਕਿਉਂ ਭਾਈ, ਮੈਂ ਬਾਬਾ ਸਾਹਿਬ ਨੂੰ ਨਾਲ ਲੈ ਸਕਦਾ ਹਮੇਸ਼ਾ ਸਟੇਜ ਤੇ, ਚਾਹੇ ਸਾਡਾ ਜਿਮੀਦਾਰਾਂ ਦੇ ਘਰੇ ਪ੍ਰੋਗਰਾਮ ਕਿਉਂ ਨਾ ਹੋਵੇ, ਮੈਂ ਉੱਥੇ ਵੀ ਬਾਬਾ ਸਾਹਿਬ ਦੀ ਗੱਲ ਕਰਦਾ ਤਰੀਕੇ ਨਾਲ ਰੋਜ਼ ਵਿਚਾਰ। ਪਰਸੋਂ ਵੀ ਇਹ ਗੱਲਾਂ ਕੀਤੀਆਂ, ਹੁਣ ਵੀ ਮੈਂ ਕਰਕੇ ਆਇਆ ਉੱਥੇ ਕਿਲਾ ਰਾਏਪੁਰ ਤੇ, ਹੁਣ ਵੀ ਕਰਕੇ, ਉਹ ਤੋਂ ਬਾਅਦ ਦੁਪਹਿਰ ਸ਼ਾਮ ਦਾ ਪ੍ਰੋਗਰਾਮ ਵੀ ਇੱਥੇ ਤੁਹਾਡੇ ਚੰਡੀਗੜ੍ਹ ਰੋਡ ਤੇ ਹੈ ਤਾਜਪੁਰ। ਸੋ ਕਹਿੰਦੇ ਦਾ ਭਾਵ, ਮਹਾਰਾਜ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਇੱਕ ਪਰਮਾਤਮਾ ਦੀ ਗੱਲ ਕਰ ਰਹੇ ਨੇ ਵੀ ਉਹਦੀ ਪਾਤਸ਼ਾਹੀ ਹਮੇਸ਼ਾ ਕਾਇਮ ਹੈ। ਇਹ ਨਹੀਂ ਵੀ 5 ਸਾਲਾਂ ਬਾਅਦ ਰੱਬ ਬਦਲਣਾ ਪੈਂਦਾ, ਸਰਕਾਰ ਚੁਣਨੀ ਪੈਂਦੀ, ਐਸਾ ਨਹੀਂ। ਉਹ ਸੀ, ਉਹ ਹੈ, ਉਹ ਰਹੇਗਾ, ਉਹ ਇੱਕੋ ਹੀ ਸੀ, ਉਹਦੀ ਜਗ੍ਹਾ ਦੂਜਾ ਕੋਈ ਨਹੀਂ ਲੈ ਸਕਦਾ, ਨਹੀਂ। ਔਰ ਦੂਜੀ ਗੱਲ ਹੁਣ ਮੈਂ ਪਹਿਲਾ ਪੁਆਇੰਟ ਚੱਕਾਂ ਵੀ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿਣਾ ਜਾਂ ਭਗਤ ਕਹਿਣਾ, ਮੈਂ ਕੁਝ ਪੁਆਇੰਟ ਹੀ ਕਲੀਅਰ ਕਰਦੇ ਨੇ, ਮੈਂ ਸਾਖੀ ਨਹੀਂ ਸੁਣਾਉਣੀ ਕੋਈ। ਧਿਆਨ ਰੱਖਿਓ, ਧਿਆਨ ਰੱਖਿਓ, ਤੁਸੀਂ ਬੜਾ ਸੁਣ ਲਿਆ, ਕਈ ਸਾਖੀਆਂ ਥੋੜੀਆਂ ਡਿਲੀਟ ਕਰਾ ਕੇ ਜਾਊਂਗਾ, ਧਿਆਨ ਰੱਖਿਓ। ਇੱਥੋਂ ਆਪ ਜਿਹੜਾ ਥੋੜਾ ਬ੍ਰੇਨ ਵਾਸ਼ ਕੀਤਾ ਨਾ, ਅਨਪੜ੍ਹ ਕਮਿਸ਼ਨਾਂ ਨੇ, ਢਾਡੀਆਂ ਨੇ, ਜਿਹੜੇ ਮੌਸਮੀ ਕਮਿਸ਼ਨ ਨੇ ਉਹਨਾਂ ਨੇ, ਮੈਂ ਤੇ ਬਾਹ ਪੜ ਲੈਂਦਾ ਜਾ ਕੇ ਵੀ ਅਕਸਰ ਹੁੰਦਾ ਹੈ। ਤਾਂ ਕਰਕੇ ਗੁਰੂ ਨਾਨਕ ਨੂੰ ਪਹਿਲੇ ਗੁਰੂ ਨਾਨਕ ਕਿਹਾ ਜਾਂਦਾ, ਪਹਿਲੇ ਗੁਰੂ ਕਿਹਾ ਜਾਂਦਾ। ਹੁਣ ਮਹਾਰਾਜ ਰਵਿਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ ਭਾਈ, ਦੋਨਾਂ ਦਾ ਮਿਲਾਪ ਹੋਇਆ, ਤਾਂ ਵੀ ਮਹਾਰਾਜ ਬਾਣੀ ਲੈ ਕੇ ਆਏ ਉਹਨਾਂ ਨੇ, ਕਬੀਰ ਜੀ ਤੇ ਰਵਿਦਾਸ ਮਹਾਰਾਜ ਸਮਕਾਲੀ ਨੇ, ਤੇ ਵਿਚਾਰ ਹੈ ਵੀ ਮਹਾਰਾਜ ਨੂੰ ਭਗਤ ਕਹਿਣਾ ਜਾਂ ਗੁਰੂ ਕਹਿਣਾ। ਹੁਣ ਇੱਕ ਗੱਲ ਦੱਸੋ ਕਿ ਰਵਿਦਾਸ ਮਹਾਰਾਜ ਜਾਂ 15 ਦੇ 15 ਭਗਤ ਕਿਸੇ ਬੰਦੇ ਦੇ ਭਗਤ ਸੀ ਜਾਂ ਰੱਬ ਦੇ? ਸੰਗਤ ਜੀ ਦੱਸੋ, ਬੋਲੋ ਜੀ, ਰੱਬ ਦੇ। ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਕਿਹਦੀ ਉਚਾਰੀ ਹੈ? ਬੰਦੇ ਦੀ ਕਿ ਰੱਬ ਦੀ? ਰੱਬ ਦੀ। ਗੁਰੂ ਨਾਨਕ ਸਾਹਿਬ ਕਿਹਦੀ ਗੱਲ ਕਰਦੇ ਨੇ? ਬੰਦੇ ਦੀ ਕਿ ਰੱਬ ਦੀ? ਰੱਬ ਦੀ। ਤੇ ਗੁਰੂ ਨਾਨਕ ਸਾਹਿਬ ਕਿਹਦੇ ਭਗਤ ਹੋਏ? ਅਕਾਲ ਦੇ, ਰੱਬ ਦੇ। ਭਗਤ ਰਵਿਦਾਸ ਮਹਾਰਾਜ ਕਿਹਦੇ ਭਗਤ ਹੋਏ? ਰੱਬ ਦੇ। ਹੈ ਦੋਨੋਂ ਭਗਤ ਨੇ, ਜਿਹੜੀ ਗੁਰ ਮਰਿਆਦਾ ਸ਼ੁਰੂ ਹੋ ਗਈ ਉਹ ਗੁਰੂ ਨਾਨਕ ਤੋਂ ਸ਼ੁਰੂ ਹੋ ਗਈ। ਹੁਣ ਮੀਰਾ ਬਾਈ ਗਏ ਹੋਣੇ ਜਾਂ ਰਾਜੇ ਰਾਣੀਆਂ ਝੁੱਕੇ ਹੋਣੇ ਜਾਂ ਆਪਣੇ ਵਰਗੇ ਮੂਰਖ ਜੇ ਬੰਦੇ ਵੀ ਗਏ ਹੋਣੇ, ਮੇਰੇ ਵਰਗੇ, ਤੁਹਾਡੇ ਵਰਗੇ, ਤੁਸੀਂ ਤਾਂ ਮੈਂ ਮਾਫੀ ਚਾਹੁੰਦਾ, ਬੜੇ ਸਮਝਦਾਰ ਹੋ, ਮੇਰੇ ਵਰਗੇ ਮੂਰਖ ਜੇ ਵੀ ਗਏ ਹੋਣੇ, ਹੁਣ ਕੀ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਜੀ ਕਹਿੰਦੇ ਹੋਣਗੇ? ਵੀ ਭਗਤ ਜੀ ਤੁਹਾਡੇ ਕੋਲ ਆਇਆ ਨਹੀਂ ਭਾਈ। ਮਹਾਰਾਜ ਨੇ ਬਾਣੀ ਵਿੱਚ ਇਹਨਾਂ ਦੀ ਬਾਣੀ ਦਰਜ ਕਰਦੇ ਆ, ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਨੂੰ ਭਗਤੀ ਦਾ ਦਰਜਾ ਦਿੱਤਾ ਭਗਤ ਦਾ, ਵੀ ਜਿਹੜੇ ਪਰਮਾਤਮਾ ਦੇ ਭਗਤ ਹੋਏ ਨੇ। ਗੁਰੂ ਨਾਨਕ ਸਾਹਿਬ ਖੁਦ ਵੀ ਪਰਮਾਤਮਾ ਦੇ ਭਗਤ ਨੇ, ਧਿਆਨ ਰੱਖਿਓ। ਦਸੇ ਪਾਤਸ਼ਾਹ ਦੀਆਂ ਗੱਲ ਇੱਕ ਦੀ ਕਰਦੀਆਂ ਨੇ। ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਰਬੰਸ ਪਾਰਦੇ ਨੇ, ਦੋ ਪੁੱਤ ਚਮਕੌਰ ਦੀ ਗੜੀ ਚ ਪਾਰਦੇ ਨੇ, ਦੋ ਪੁੱਤ ਸਰਹੰਦ ਵਿੱਚ ਪਾਰਦੇ ਨੇ, ਮਾਂ ਵੀ ਵਾਰਤੀ, ਪਿਓ ਵੀ ਵਾਰਤਾ, ਕਿ
ਜਗ੍ਹਾ ਕਿਤੇ ਮਿਲਦਾ ਵੀ ਜੈ ਗੁਰੂ ਗੋਬਿੰਦ ਸਿੰਘ। ਅੱਜ ਜਿਹੜੇ ਅਸੀਂ ਹਿੰਦੂ ਧਰਮ ਦੇ ਮਗਰ ਲਾ ਕੇ ਜੈ ਗੁਰਦੇਵ ਜੈ ਗੁਰਦੇਵ ਕਹਿਣ ਲੱਗ ਕੇ ਜਾਗੋ ਥੋੜਾ ਜਿਹਾ, ਅਸੀਂ ਬੜੀ ਉੱਚੀ ਅਵਸਥਾ ਵਾਲੇ, ਅਸੀਂ ਅਕਾਲ ਦੇ ਪੁਜਾਰੀ। ਮੇਰੇ ਨਾਲ ਬੋਲੋ ਪੂਜਾ, ਅਕਾਲ ਕੀ ਪਰਚਾ, ਸ਼ਬਦ ਦਾ ਦੀਦਾਰ, ਖਾਲਸੇ ਆ ਨਾਰੇ ਨੇ ਸਾਡੇ। ਕੀ ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ? ਕੀ ਆਪਣੇ ਆਪ ਨੂੰ ਸਾਹਿਬਜ਼ਾਦਿਆਂ ਦੇ ਵਾਰਿਸ ਮੰਨਦੇ ਹੋ? ਕੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਮੰਨਦੇ ਹੋ? ਓਏ ਭਾਈ ਮੰਨਣਾ ਤੋਂ ਉਹਦੇ ਚਾਰ ਵਾਰੇ ਨੇ ਤੁਹਾਡੇ ਨੂੰ ਆਪੋ ਸਤਨਾਮ, ਚਾਰ ਵਾਰੇ ਤੁਹਾਡੇ ਬੱਚੇ ਨੇ ਨਾ ਮਾੜਾ ਜਿਹਾ ਕੱਟ ਲਾ ਕੇ ਨੇ ਉਮਰ ਦੇ ਐਸੇ ਸੀਨਾ ਚੀਰੇ ਨੇ ਤਾਂ ਮਾਂ ਦਾ ਸਿੰਘ ਬਾਬਾ ਫਤਿਹ ਸਿੰਘ ਬਾਬਾ ਸੁਰਵਾ ਸਿੰਘ ਦੇ ਘਰ ਦਾ ਕੇ ਸੀ ਘਰ ਛਾਤੀਆਂ ਦੇ ਗੋਡੇ ਘਰ ਸੱਤ ਸਾਲ ਦੇ ਨੌ ਸਾਲ ਦੇ ਬੱਚੇ ਸੋਚ ਕੇ ਦੇਖੋ ਜਿਹੜੀਆਂ ਮਾਵਾਂ ਬੈਠੀਆਂ ਨੇ ਨਾ ਆਪਣੇ ਪੁੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਹਿਬਜ਼ਾਦਿਆਂ ਬਾਰੇ ਸੋਚ ਕੇ ਦੇਖੋ ਸਾਹਿਬਜ਼ਾਦੇ ਕੋਸ਼ਿਸ਼ਾਂ ਦੇ ਜਾਂਦੇ ਪ੍ਰਭੂ ਵਿਚਾਰ। ਪਹਿਲਾ ਪੁਆਇੰਟ ਕਲੀਅਰ ਹੈ, ਸਮੇਂ ਦੇ ਜਿੰਨੇ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਰਧਾਲੂ ਬਣੇ, ਉਹਨਾਂ ਦੇ ਭਗਤ ਬਣੇ, ਉਹਨਾਂ ਨੂੰ ਗੁਰੂ ਜੀ ਕਹਿੰਦੇ ਸੀ। ਮਹਾਰਾਜ ਨੇ ਪਰਮਾਤਮਾ ਦੇ ਭਗਤ ਜਾਣ ਕੇ ਬਾਣੀ ਵਿੱਚ ਭਗਤ ਦਾ ਦਰਜਾ ਦਿੱਤਾ, ਕਿਸੇ ਬੰਦੇ ਦੇ ਭਗਤ ਜਾਣ ਕੇ। ਯਾਦ ਰੱਖਿਓ ਅੱਜ ਗੁਰੂ ਰਵਿਦਾਸ ਮਹਾਰਾਜ ਗੁਰੂ ਜੀ ਗੁਰੂ ਨਹੀਂ, ਅੱਜ ਗੁਰੂ ਨਾਨਕ ਵੀ ਗੁਰੂ ਨਹੀਂ ਨੇ, ਅੱਜ ਕੋਈ ਗੁਰੂ ਨਹੀਂ, ਸਰੀਰ ਗੁਰੂ ਨਹੀਂ ਹੈ, ਅੱਜ ਤੇ ਬਾਣੀ ਗੁਰੂ ਹੈ। ਆਪੋ ਸਤਨਾਮ, ਕਿਤੇ ਰੌਲਾ ਹੀ ਗਲਤ ਹੈ, ਕਿਤੇ ਰੌਲੀ ਗੱਲ ਹੈ ਵੀ ਫਲਾਨੇ ਨੂੰ ਗੁਰੂ ਕਹਿਣਾ, ਟਿੰਪੇ ਨੂੰ ਭਗਤ ਕਹਿਣਾ, ਫਲਾਨੇ ਨੂੰ ਗੁਰੂ ਕਹਿਣਾ, ਟਿੰਪੇ ਨੂੰ ਉਹ ਕਹਿਣਾ, ਨਹੀਂ। ਇਹਨਾਂ ਗੱਲਾਂ 'ਚ ਨਾ ਪਵੋ, ਉਹੀ ਸਮਾਂ ਬਾਣੀ ਪੜ੍ਹਨ ਵਿੱਚ ਲਾ ਦਿਓ। ਬਾਣੀ ਪੜ੍ਹੋ, ਬਾਪੂ ਕੀ ਕਹਿੰਦਾ ਸਿੱਖ ਲਓ, ਮਹਾਰਾਜ ਕੀ ਕਹਿੰਦੇ ਨੇ ਪੜ੍ਹ ਲਓ, ਅੱਜ ਚੱਕ ਕੇ ਮਾਤਾ ਵੇਖ ਲਓ ਵੀ ਵਿੱਚ ਕੀ ਲਿਖਿਆ ਹੈ। ਇਹ ਮਹਾਨ ਖਜ਼ਾਨਾ ਕਦੇ ਪੜ੍ਹ ਕੇ ਤੇ ਵੇਖੋ। ਤੇ ਜਿਨ੍ਹਾਂ ਨੇ ਪੜ੍ਹਿਆ, ਭਾਈ ਭਗਤ ਸਿੰਘ ਵਰਗੀਆਂ ਨੇ ਜਿਨ੍ਹਾਂ ਨੇ ਪੜ੍ਹਿਆ, ਅੱਜ ਹਿੰਦੂ ਤੋਂ ਰਮੇਸ਼ ਕੁਮਾਰ ਨਾਮ ਹੈ ਭਾਈ ਪੰਥਪ੍ਰੀਤ ਸਿੰਘ ਜੀ ਦਾ, ਰਮੇਸ਼ ਕੁਮਾਰ, ਜਦੋਂ ਬੇਅਦਬੀ ਵਾਲੇ ਜਿਨ੍ਹਾਂ ਦੇ ਬੇਅਦਬੀ ਵੇਲੇ ਜਿਨ੍ਹਾਂ ਦੇ ਸਰੀਰ ਤੇ ਤਸੀਹੇ ਵੀ ਦਿੱਤੇ ਗਏ, ਉਹਨਾਂ ਨੂੰ ਜਿਨ੍ਹਾਂ ਵਿੱਚ ਵੀ ਸੁੱਟਿਆ ਗਿਆ, ਉਹ ਹਿੰਦੂਆਂ ਦਾ ਮੁੰਡਾ ਹੈ, ਬਾਣੀਆਂ ਦਾ ਮੁੰਡਾ ਰਮੇਸ਼ ਕੁਮਾਰ। ਪਰ ਉਹਨੇ ਬਾਣੀ ਪੜ੍ਹੀ, ਉਹ ਕਹਿੰਦਾ ਐਦੇ ਮੂਹਰੇ ਤੇ ਸਭ ਫਿੱਕਾ ਪੈਂਦਾ ਹੈ, ਆ ਗੁਰੂ ਗ੍ਰੰਥ ਸਾਹਿਬ ਮੂਹਰੇ ਤੇ ਸਭ ਫਿੱਕਾ ਪੈਂਦਾ ਹੈ, ਬਾਣੀਆਂ ਦਾ ਮੁੰਡਾ ਅੰਮ੍ਰਿਤ ਛੱਕ ਕੇ ਐਸ ਟਾਈਮ ਸਿੱਖ ਧਰਮ ਦਾ ਮੁੱਖ ਪ੍ਰਚਾਰਕ ਹੈ। ਆਪਣੇ ਸਤਨਾਮ ਜੀ ਦੀ ਵਾਰ, ਭਾਈ ਪੰਥ ਪ੍ਰੀਤ ਸਿੰਘ ਪੰਥ ਨਾਲ ਪ੍ਰੀਤ ਪੈ ਗਿਆ, ਕੋ ਸਤਨਾਮ ਮਾਣ ਹੁੰਦਾ ਹੈ ਉਹਦੇ ਬੰਦੇ ਦੀ ਗੱਲ ਕਰਦੇ ਹਾਂ, ਕਿਉਂਕਿ ਕਦੇ ਦੀਵਾਨ ਸੁਣ ਕੇ ਵੇਖੋ ਮੇਰੀ ਭੈਣੋ, ਨੇੜੇ ਤੇੜੇ ਕਦੇ ਦੀਵਾਨ ਹੋਇਆ ਨਾ, ਪਹਿਲਾਂ ਤੇ ਉਹਨਾਂ ਦੇ ਬੋਲਣ ਦਾ ਤਰੀਕਾ ਵੇਖਿਓ, ਬੜੇ ਬੜੇ ਲਿਖੇ ਨੇ। ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਗੱਲ ਨਹੀਂ ਕਰਨੀ, ਕਮਾਲ ਦੀ ਵਿਚਾਰ, ਸਵਾਦ ਆ ਜਾਂਦਾ, ਆਨੰਦ ਆ ਜਾਂਦਾ ਹੈ। ਪਰ ਉਹ ਵਿਚਾਰ ਉਸ ਕਹਿਣ ਦਾ ਭਾਵ, ਮਹਾਰਾਜ ਨੂੰ ਗੁਰੂ ਕਹੋ ਭਗਤ ਕਹੋ, ਪਰ ਬਾਣੀ ਪੜ੍ਹ ਲਓ, ਬਸ ਸਭ ਤੋਂ ਮੁੱਖ ਮੁੱਦਾ ਹੈ, ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਜ਼ਿੰਦਗੀ 'ਚ ਅਮਲ ਵਿੱਚ ਲੈ ਕੇ ਆਓ, ਬਾਣੀ ਨੇ ਤੁਹਾਨੂੰ ਬੰਦਿਆਂ ਤੋਂ ਦੇਵਤੇ ਬਣਾ ਦੇਣਾ ਹੈ। ਸਤਨਾਮ। ਅਗਲੀ ਵਿਚਾਰ, ਮਹਾਰਾਜ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਇੱਕ ਭਾਈ ਗੁਰਦਾਸ ਜੀ ਦੀ ਵਾਰ ਨੂੰ ਲੋਕ ਆਧਾਰ ਬਣਾ ਕੇ, ਭਾਈ ਗੁਰਦਾਸ ਜੀ ਦੀ ਇੱਕ ਵਾਰ ਨੂੰ ਭੈਣੋ ਸੁਣੋ, ਥੋੜ੍ਹਾ ਜਿਹਾ ਟਿਕਾ ਬਣਾਓ, ਫਿਰ ਭੈਣਾਂ ਥੋੜ੍ਹਾ ਅੱਗੇ ਮਾਰੋ, ਪਿੱਛੇ ਥੋੜ੍ਹੀ ਜਗ੍ਹਾ ਘੱਟ, ਆ ਜਾਓ ਅੱਗੇ ਅੱਗੇ ਆ ਜਾਓ ਭੈਣਾਂ, ਉਹ ਜੋ ਥੋੜ੍ਹਾ ਥੋੜ੍ਹਾ ਅੱਗੇ ਅੱਗੇ। ਆਪਾਂ ਸਾਰੇ ਇੱਕ ਬਾਪ ਦੇ ਬੱਚੇ ਹਾਂ, ਅਸੀਂ ਕੋਈ ਅਸਮਾਨ ਤੋਂ ਨਹੀਂ ਉਤਰੇ, ਅਸੀਂ ਤੁਹਾਡੇ ਧੀਆਂ ਪੁੱਤ, ਤੁਹਾਡੇ ਭੈਣ ਭਰਾ ਸਾਰੇ। ਥੋੜ੍ਹਾ ਜਿਹਾ ਮਾਹੌਲ ਬਣਾਓ, ਆਪਣੇ ਕੋਲ ਅੱਧਾ ਘੰਟਾ ਹੋ ਰਿਹਾ, ਬਸ ਅੱਧਾ ਘੰਟਾ ਲੈਣਾ, ਅੱਧੇ ਘੰਟੇ ਵਿੱਚ ਅਸੀਂ ਇੱਕ ਦੋ ਸ਼ਬਦ ਪੜ੍ਹ ਦੇਣੇ ਹੈ ਤੇ ਦੋ ਤਿੰਨ ਪੁਆਇੰਟ ਆਪਾਂ ਕਲੀਅਰ ਕਰ ਦੇਣੇ। ਪਰ ਉਹ ਵਿਚਾਰ ਆਵਾਜ਼ ਨਾ ਵੀ ਕਿਸੇ ਆਵਾਜ਼ ਨਾ
ਰੋ ਵਿਚਾਰ। ਹੁਣ ਇੱਕ ਝੂਠੀ ਕਹਾਣੀ ਸੁਣਾਈ ਜਾਂਦੀ ਹੈ, ਝੂਠੀ ਕਹਾਣੀ, ਕਿਉਂਕਿ ਸਾਨੂੰ 5000 ਸਾਲ ਤੋਂ ਦਬਾ ਕੇ ਰੱਖਿਆ ਗਿਆ, 5000 ਸਾਲ ਤੋਂ ਸਾਨੂੰ ਸੁਣਾਇਆ ਉਹ ਗਿਆ ਜਿਹੜਾ ਦੁਸ਼ਮਣ ਦੇ ਪਿੱਟ ਬੈਠਦਾ ਸੀ, ਸਾਨੂੰ ਸਿਖਾਇਆ ਵੀ ਉਹ ਗਿਆ ਜਿਹੜਾ ਦੁਸ਼ਮਣ ਦੇ ਪਿੱਟ ਬੈਠਦਾ ਸੀ, ਸਾਨੂੰ ਸਮਝਾਇਆ ਸੁਣਾਇਆ ਪੜ੍ਹਾਇਆ ਸਾਰਾ ਕੁਝ ਉਹ ਗਿਆ ਜਿਹੜਾ ਦੁਸ਼ਮਣ ਦੇ ਪਿੱਟ ਬੈਠਦਾ ਸੀ। ਦੁਸ਼ਮਣ ਕੌਣ ਹੈ? ਜਿਹਨੇ ਸਾਨੂੰ ਸਾਫਾਂ ਵਿੱਚ ਵੰਡਿਆ, ਉੱਚ ਨੀਚ ਵਿੱਚ ਵੰਡਿਆ, ਜਿਹਨੇ ਸਾਨੂੰ ਨੀਚ ਕਿਹਾ ਉਹ ਸਾਡਾ ਦੁਸ਼ਮਣ ਹੈ, ਜਿਸ ਨੇ ਸਾਨੂੰ ਪਸ਼ੂਆਂ ਤੋਂ ਵੀ ਬਦਤਰ ਜੀਵਨ ਦਿੱਤਾ ਸਾਡਾ ਦੁਸ਼ਮਣ ਹੈ। ਹਾਲਾਂਕਿ ਮਹਾਰਾਜ ਕਹਿੰਦੇ ਨੇ ਨਾ ਕੋ ਬੈਰੀ ਨਾ ਹੀ ਵੇਲਾ ਨਾ ਸਭ ਸਰਦਾਰ ਦੇ ਮਨ ਆਈ, ਪਰ ਥੋੜੀ ਜਿਹੀ ਪਛਾਣ ਵੀ ਤੇ ਹੋਣੀ ਚਾਹੀਦੀ ਹੈ ਨਾ। ਤੇ ਮਹਾਰਾਜ ਨੇ ਇਹ ਵੀ ਕਿਹਾ ਸੀ ਨਾ ਕਿ ਪਹਿਲੇ ਦਿਨ ਅੰਦਰ ਦਾ ਵਾਸ਼ੂ ਤੇ ਜਿਹੜਾ ਚੜ ਕੇ ਆ ਜਾਂਦਾ ਉਹ ਦਾਣ ਪਾਣੀ ਦੇ ਵੀ ਦੇ ਕੇ ਹੋਣੇ ਨਾ, ਉਹਨੂੰ ਖਾਲੀ ਵੀ ਨਹੀਂ ਹੋਣਾ ਰੋ ਵਿਚਾਰ। ਹੁਣ ਇੱਕ ਝੂਠੀ ਕਹਾਣੀ ਸੁਣਾਈ ਜਾਂਦੀ ਹੈ ਮਹਾਰਾਜ ਰਵਿਦਾਸ ਜੀ ਦੇ ਜਨਮ ਨਾਲ ਜੁੜੀ ਗਈ ਹੈ, ਕਹਾਣੀ ਝੂਠੀ ਹੈ, ਮੈਂ ਸੁਣਾ ਕੇ ਕਲੀਅਰ ਕਰਦਾ। ਝੂਠੀ ਕਹਾਣੀ ਵਿੱਚ ਲਿਖਿਆ, ਮਨੁਵਾਦੀ ਲਿਖਦੇ ਨੇ, ਬ੍ਰਾਹਮਣਵਾਦੀ ਲਿਖਦੇ ਨੇ, ਇਹ ਬ੍ਰਾਹਮਣ ਦੀ ਕਲਪਨਾ ਲਿਖੀ ਹੋਈ ਕਹਾਣੀ ਹੈ, ਇਹ ਕਿਸੇ ਗੁਰਸਿੱਖ ਦੀ ਕਲਪਨਾ ਲਿਖੀ ਹੋਈ ਕਹਾਣੀ ਨਹੀਂ। ਉਹ ਲਿਖਦੇ ਨੇ ਕਹਿੰਦੇ ਪੁਰਾਣੇ ਜਨਮ ਦੇ ਵਿੱਚ ਰਵਿਦਾਸ ਮਹਾਰਾਜ ਨੇ ਬ੍ਰਾਹਮਣ ਨੂੰ ਆਪਣੇ ਗੁਰੂ ਨੂੰ ਸ਼ੂਦਰਾਂ ਦੇ ਘਰੋਂ ਨੀਚਾਂ ਦੇ ਘਰੋਂ ਖਾਣਾ ਮੰਗ ਕੇ ਖਵਾ ਦਿੱਤਾ, ਭੋਜਨ ਛਕਾ ਦਿੱਤਾ। ਕਹਿੰਦੇ ਜਦੋਂ ਉਹਨਾਂ ਦੇ ਗੁਰੂ ਨੂੰ ਪਤਾ ਲੱਗਿਆ, ਕਹਿੰਦੇ ਉਹਨਾਂ ਨੇ ਸ਼ਰਾਪ ਦੇ ਦਿੱਤਾ ਵੀ ਤੂੰ ਜਿਨ੍ਹਾਂ ਦੇ ਘਰੋਂ ਮੈਨੂੰ ਖਾਣਾ ਮੰਗ ਕੇ ਛਕਾਇਆ, ਭੋਜਨ ਮੰਗ ਕੇ ਛਕਾਇਆ, ਅਗਲਾ ਜਨਮ ਇਹਨਾਂ ਨੀਚਾਂ ਦੇ ਘਰੇ ਤੇਰਾ ਹੋਇਆ। ਇਹ ਝੂਠੀ ਕਹਾਣੀ ਹੈ, ਸੱਚ ਨਹੀਂ ਹੈ। ਅੱਗੇ ਕਹਿੰਦੇ ਮਹਾਰਾਜ ਨੇ ਸ਼ਰਤ ਰੱਖੀ ਰਵਿਦਾਸ ਮਹਾਰਾਜ ਨੇ ਵੀ ਜਿੰਨੀ ਦੇਰ ਤੱਕ ਤੁਸੀਂ ਮੈਨੂੰ ਆ ਕੇ ਦਰਸ਼ਨ ਨਹੀਂ ਦਿੰਦੇ ਮੈਂ ਦੁੱਧ ਨਹੀਂ ਚੁਗਦਾ। ਕਹਿੰਦੇ ਚੌਥੇ ਦਿਨ ਦੁੱਧ ਚੁਗਿਆ। ਹੁਣ ਗੁਰਬਾਣੀ ਵਿੱਚ ਮਹਾਰਾਜ ਲਿਖਦੇ ਨੇ ਗੰਢੇਂਦੇ ਆ ਚੱਲੇ ਚੱਲਣ ਹਾਰ ਵਿਚਾਰਾਂ ਲੇ ਮਨੋਂ ਗੰਢੇਂਦੇ ਆ ਛੇ ਮਾਂ ਤੁਰੰਦੇ ਆ ਬੇਬੀ ਬੀਬੀ। ਜਦੋਂ ਕੋਈ ਮਾਤਾ ਪ੍ਰੈਗਨੈਂਟ ਹੁੰਦੀ ਹੈ ਉਹਦੇ ਪੇਟ ਦੇ ਵਿੱਚ ਉਹਦੇ ਗਰਭ ਦੇ ਵਿੱਚ ਇੱਕ ਬੱਚੇ ਦਾ ਪ੍ਰੋਪਰ ਸਰੀਰ ਪ੍ਰੋਪਰ ਬਾਡੀ 6 ਮਹੀਨੇ ਵਿੱਚ ਬਣ ਜਾਂਦੀ ਹੈ, ਤਾਂ ਹੀ ਕੁਝ ਬੱਚਿਆਂ ਦਾ ਬਰਥ 7ਵੇਂ ਮਹੀਨੇ ਚ ਵੀ ਹੋ ਜਾਂਦਾ। ਆਮ ਨੇ ਕਈ ਵਾਰੀ ਸੁਣਿਆ ਕਹਿੰਦੇ ਤਾਂ 7ਵਾਂ 7ਵੇਂ ਮਹੀਨੇ ਦਾ ਬਰਥ ਹੋ ਗਿਆ, ਬਿਕੋਜ਼ ਉਹਦੀ ਪ੍ਰੋਪਰ ਬਾਡੀ ਬੱਚੇ ਦੀ ਆਫਟਰ 6 ਮੰਥ ਕੰਪਲੀਟ ਹੋ ਜਾਂਦੀ ਹੈ ਮਾਤਾ ਦੇ ਗਰਭ ਦੇ ਵਿੱਚ ਪ੍ਰੈਗਨੈਂਸੀ ਦੇ ਪੀਰੀਅਡ ਦਾ। ਹੁਣ ਮਹਾਰਾਜ ਬਾਬਾ ਫਰੀਦ 13ਵੀਂ ਸਦੀ ਚ ਹੋਏ ਨੇ, ਗੱਲ ਮੈਡੀਕਲ 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 ਸਾਇੰਸ ਦੇ ਅਕੋਰਡਿੰਗ ਕਰ ਲਿਆ, ਸੁਣਿਓ ਜ਼ਰਾ ਧਿਆਨ ਨਾਲ ਸੁਣਿਓ ਗੱਲ ਬਾਈ ਕਿਆ ਕੋਲ। ਹੁਣ ਬਾਬਾ ਫਰੀਦ 13ਵੀਂ ਸਦੀ ਚ ਹੋਏ ਨੇ, ਬਾਬਾ ਫਰੀਦ ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾਂ ਲੇ ਮਨੋਂ ਗਢੇਂਦੀਆਂ 6 ਮਾਂ ਤੁੜੰਦਿਆਂ ਇੱਕ ਕਿਨੋਂ। ਕਹਿੰਦੇ ਸਰੀਰ ਨੂੰ ਬਣਦੇ ਨੂੰ 6 ਮਹੀਨੇ ਲੱਗਦੇ ਨੇ, ਟੁੱਟਦੇ ਨੂੰ ਖਿੰਨ ਲੱਗਦਾ ਕੋ ਸਤਨਾਮ, ਟੁੱਟਦੇ ਨੂੰ 6 ਮਹੀਨੇ ਨਹੀਂ ਲੱਗਦੇ, ਜਦੋਂ ਜਾਮਨੀ ਪੁਰ ਦੇ 6 ਮਹੀਨੇ ਲੱਗਦੇ ਨੇ ਖਿੰਨ ਵਿੱਚ, ਖਿੰਨ ਮੈਂ ਪਈ ਕਰਾ ਲਈ ਖਿੰਨ ਵਿੱਚ ਟੁੱਟ ਜਾਂਦਾ ਸਰੀਰ। ਹੁਣ ਇਹ ਮੈਡੀਕਲ ਸਾਇੰਸ ਵੀ ਇਹੀ ਕਹਿੰਦੀ ਹੈ ਵੀ 6 ਮਹੀਨੇ ਚ ਬੱਚੇ ਦਾ ਪੂਰਾ ਸਰੀਰ ਬਣ ਜਾਂਦਾ ਮਾਤਾ ਦੇ ਗਰਭ ਚ, ਤੇ ਗੁਰੂ ਗ੍ਰੰਥ ਸਾਹਿਬ 13ਵੀਂ ਸਦੀ ਚ ਕਹਿ ਰਹੇ ਨੇ ਕੋ ਸਤਨਾਮ ਸ਼੍ਰੀ। ਹੁਣ ਮਾਣ ਕਰਿਆ ਕਰੋ ਸਿੱਖੋ, ਦੁਨੀਆਂ ਦੀ ਕੋਈ ਸਾਇੰਸ, ਦੁਨੀਆਂ ਦਾ ਕੋਈ ਵਿਦਵਾਨ, ਦੁਨੀਆਂ ਦਾ ਕੋਈ ਫਿਲਾਸਫਰ ਇੱਥੇ ਆ ਕੇ ਝੁਕੇ ਹੀ ਹੈ, ਕਿਸੇ ਨੇ ਚੈਲੰਜ ਨਹੀਂ ਕੀਤਾ ਆਪੋ ਸਤਨਾਮ ਸ਼੍ਰੀ ਵਾਹ। ਦੁਨੀਆਂ ਦਾ ਭਾਰਤ ਦਾ ਸਭ ਤੋਂ ਵੱਡਾ ਫਿਲਾਸਫਰ ਓਸ਼ੋ, ਰਜਨੀਸ਼ ਓਸ਼ੋ, ਉਹ ਲਿਖਦਾ ਕਹਿੰਦਾ ਇਧਰ ਸੇ ਗੁਜ਼ਰਾ ਤਾਂ ਸੋਚਾ ਸਲਾਮ ਕਰਦਾ ਚਲੋ ਆਪੋ ਸਤਨਾਮ ਸ਼੍ਰੀ ਵਾਹ। ਉਹ ਲਿਖ ਰਿਹਾ ਹੈ ਜਿਹਨਾਂ ਉਹਨੇ ਟੀਕਾ ਕੀਤਾ ਜਪਜੀ ਸਾਹਿਬ ਦਾ, ਉਹਦੇ ਉੱਪਰ ਲਿਖਿਆ ਹੋਇਆ ਬਤੌਰ ਇਧਰ ਸੇ ਗੁਜ਼ਰਾ ਤਾਂ ਸੋਚਾ ਸਲਾਮ ਕਰਦਾ ਚਲੋ। ਗੁਰੂ ਨਾਨਕ ਦੇ ਘਰ ਵੱਲ ਲੱਗ ਰਿਹਾ ਸੀ, ਕਹਿੰਦਾ ਸੋਚਿਆ ਚੁੱਕੇ ਨਾ ਜਾਣਾ, ਦੁਨੀਆਂ ਚੁੱਕੇ
ਇੱਥੇ ਆ ਕੇ ਇਸ ਗਿਆਨ ਅੱਗੇ ਪਖੰਡ ਅੱਗੇ ਨਹੀਂ, ਕੋਈ ਪਖੰਡ ਨਹੀਂ, ਇੱਥੇ ਇੱਕ ਪੰਗਤਾ, ਇੱਕ ਸੰਗਤਾ, ਇੱਕ ਵੱਟ ਹੈ। ਇੱਥੇ ਕੋਈ ਹੁਣ ਕੌਣ ਜੱਟ ਬੈਠਾ, ਕੌਣ ਚੀਮਾ, ਝੋਰ ਨਾਈ ਕੌਣ ਬੈਠਾ ਭਾਈ, ਕੌਣ ਮਜ਼ਬੀ ਹੈ, ਕੌਣ ਚਮਾਰ ਹੈ, ਸਭ ਏਕ ਪਿਤਾ ਏਕ ਸੇਵਾ ਆਖੋ ਸਭ ਨਾਮ, ਸਭ ਇੱਕ ਕਰਦੇ। ਹੁਣ ਇੱਕ ਜਗ੍ਹਾ ਬੈਠ ਕੇ ਪ੍ਰਸ਼ਾਦਾ ਛਕਾਂਗੇ, ਇੱਕ ਜਗ੍ਹਾ ਆਪਾਂ ਚਾਹ ਛਕੀਏ, ਇੱਕੋ ਹੀ ਪੰਗਤ ਦਾ, ਇੱਕੋ ਹੀ ਸੰਗਤ ਦਾ, ਸਭ ਇੱਕ ਕਰਦਾ ਨਾ ਮਹਾਰਾਜ ਨੇ। ਹੁਣ ਵਿਚਾਰ ਮੈਡੀਕਲ, ਹੁਣ ਉਹ ਬਾਹਮਣ ਆਪਣੀ ਝੂਠੀ ਕਹਾਣੀ ਵਿੱਚ ਲਿਖਦਾ ਹੈ, ਕਹਿੰਦਾ ਮਹਾਰਾਜ ਨੇ ਚੌਥੇ ਦਿਨ ਦੁੱਧ ਚੁੰਗਿਆ। ਮੈਡੀਕਲੀ ਜਿਹਨੇ, ਅਗਰ ਕੋਈ ਮੈਡੀਕਲ ਸਾਇੰਸ ਦਾ ਸਟੂਡੈਂਟ ਬੈਠਾ, ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਨੂੰ ਸੱਚ ਨਾ ਦੇ। ਕੋਈ ਬੈਠਾ ਬੇਟੀ ਬੇਟਾ ਤੋਂ ਪੜਾਇਆ ਜਾਂਦਾ ਇਸ ਤਰ੍ਹਾਂ ਦਾ ਵੀ ਬੱਚਾ ਚਾਰ ਦਿਨ ਬਿਨਾਂ ਕੁਝ ਖਾਧੇ ਸੀ ਤੇ ਆਫਟਰ ਬਰਥ ਚਾਹੁੰਦਾ ਰਹਿ ਜਾਊਗਾ? ਨਹੀਂ, ਕਦੇ ਨਹੀਂ, ਇੰਪੋਸੀਬਲ, ਕਦੇ ਹੋ ਹੀ ਨਹੀਂ ਸਕਦਾ ਵੀ ਬੱਚੇ ਦਾ ਹੋਵੇ ਬਰਥ ਤੇ ਉਹ ਬਿਨਾਂ ਬਿਨਾਂ ਕੁਝ ਖਾਧੇ ਪੀਤੇ ਚਾਰ ਦਿਨ ਜਿਉਂਦਾ ਰਹਿ ਜਾਊ। ਇਹ ਝੂਠੀ ਕਹਾਣੀ ਸੀ, ਇਹ ਤੁਹਾਨੂੰ ਆਪਣੀ ਲੱਤ ਥੱਲੇ ਹੀ ਲਾਉਣਾ ਸੀ। ਹਜ਼ਾਰਾਂ ਸਾਲਾਂ ਤੋਂ, ਸਦੀਆਂ ਤੋਂ ਲਾ ਕੇ ਰੱਖਿਆ ਸੀ ਅਗਲੇ ਨੇ, ਤੁਹਾਡੇ ਲਈ ਰਹਿਬਰ ਆਇਆ, ਸ਼ਰਾਬ ਨਾਲ ਨਹੀਂ ਆਇਆ ਸੀ, ਪੁਕਾਰ ਸੁਣ ਕੇ ਆਇਆ ਸੀ, ਆਖੋ ਸਤਨਾਮ। ਜਦੋਂ ਇਸ ਧਰਤੀ ਦੇ ਉੱਪਰ ਸਾਡੇ ਨਾਲ ਧੱਕਾ ਇੰਨਾ ਹੋਣ ਲੱਗ ਗਿਆ, ਸਾਨੂੰ ਕੋਈ ਗਣਨਾ ਨਹੀਂ ਲਾਉਂਦਾ ਸੀ, ਸਾਡੇ ਘਰ ਵੀ ਪਿੰਡਾਂ ਦੇ ਟੋਬਿਆਂ ਤੇ ਸਾਨੂੰ ਪੜ੍ਹਨ ਨਹੀਂ ਦਿੱਤਾ ਜਾ ਰਿਹਾ, ਸਾਨੂੰ ਖੜ੍ਹ ਨਹੀਂ ਦਿੱਤਾ ਜਾ ਰਿਹਾ, ਚੰਗੀਆਂ ਗਲੀਆਂ ਵਿੱਚੋਂ ਗੁਜ਼ਰ ਨਹੀਂ ਦਿੱਤਾ ਜਾ ਰਿਹਾ, ਸਾਨੂੰ ਸਾਡਾ ਜੀਵਨ ਪਸ਼ੂਆਂ ਤੋਂ ਵੀ ਬਚਦਾ ਰਿਹਾ। ਉਹਨਾਂ ਸਰੋਵਰਾਂ ਦੇ ਵਿੱਚ, ਤਲਾਬਾਂ ਵਿੱਚ ਪਸ਼ੂ ਜਾ ਸਕਦੇ ਨੇ, ਅਸੀਂ ਨਹੀਂ ਜਾ ਸਕਦੇ। ਉਹਨਾਂ ਰਾਹਾਂ ਦੇ ਉੱਪਰ ਦੀ ਪਸ਼ੂ ਜਾ ਸਕਦੇ ਨੇ, ਅਸੀਂ ਨਹੀਂ ਜਾ ਸਕਦੇ। ਸਾਡੇ ਗਲਾਂ ਦੇ ਬੂਟੇ ਪਿੱਛੇ ਬੋੜੀਆਂ ਪਸ਼ੂਆਂ ਤੋਂ ਵੀ ਬਦਤਰ ਸਾਡਾ ਜੀਵਨ ਬਣਾਤਾ। ਧਰਤੀ ਨੇ ਪੁਕਾਰ ਕੀਤੀ ਮਾਲਕ ਅੱਗੇ, ਸੁਣੀ, ਜਿਵੇਂ ਉਹ ਲਿਖਦੇ ਨੇ ਭਾਈ ਗੁਰਦਾਸ ਜੀ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਟਾਇਆ। ਉਵੇਂ ਹੀ ਧਰਤੀ ਨੇ ਪੁਕਾਰ ਕੀਤੀ, ਦੱਬੇ ਕੁਚਲੇ ਲੋਕਾਂ ਨੇ ਪੁਕਾਰ ਕੀਤੀ ਪਰਮਾਤਮਾ ਅੱਗੇ, ਕੋਈ ਤੇ ਭੇਜ, ਉਹ ਮਾਲਕਾ, ਉਹ ਸਾਈਆਂ, ਕੋਈ ਤੇ ਭੇਜ ਜਿਹੜਾ ਗੜ ਨਾ ਲਾਵੇ, ਕੋਈ ਤੇ ਐਸਾ ਹੋਵੇ ਜਿਹਦੇ ਗੜ ਲਾ ਕੇ ਅਸੀਂ ਆਪਣਾ ਦੁੱਖੜਾ ਰੋਈਏ, ਜਿਹਦੇ ਕੋਲੇ ਬੈਠ ਕੇ ਆਪਣਾ ਢਿੱਡ ਹੌਲਾ ਕਰੀਏ। ਸਿੱਧੀ ਦੀ ਗੱਲ ਕਰਾਂ, ਕੋਈ ਤੇ ਹੋਵੇ, ਕੋਈ ਨੀ ਦੇਖਦਾ, ਕੋਈ ਨੀ ਸਾਡੀ ਬਾਤ ਪੁੱਛਦਾ, ਕੋਈ ਨੀ ਸਾਨੂੰ ਗੜ ਨਾ ਲਾਉਂਦਾ, ਕੋਈ ਨੀ ਮਾਲਕਾ। ਸਾਡਾ ਜੀਵਨ ਪਸ਼ੂਆਂ ਤੋਂ ਵੀ ਬਦਤਰ, ਜਿਉਂਦੇ ਜੀ ਨਰਕ ਵਿੱਚ ਜੀ ਰਹੇ ਸੀ। ਫਿਰ ਮਾਲਕ ਨੇ ਪੁਕਾਰ ਸੁਣੀ, ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ, ਮਾਲਕ ਦਾ ਰੂਪ, ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਾਗੀ ਮਰਦਾਨਾ, ਉਸੇ ਤਰ੍ਹਾਂ ਮਾਲਕ ਦਾ ਰੂਪ ਸੱਚੇ ਪਾਤਸ਼ਾਹ ਧਰਤੀ ਤੇ ਆਏ। ਮੈਂ ਇਸ ਨਾਰੀ ਦੇ ਹੱਕ ਵਿੱਚ ਨਹੀਂ, ਮੈਂ ਨਹੀਂ ਹੈਗਾ, ਮੈਂ ਤੇ ਰੋਗ ਦਾ ਨਾਮ ਲਾਇਆ, ਮੈਂ ਕਾਰਨ ਦੱਸਦਾ, ਧਿਆਨ ਨਾਲ ਸੁਣਿਓ, ਬਰੀਕੀ ਨਾਲ ਸੁਣਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਪੁੱਤ ਵਾਰੇ, ਕਿਤੇ ਆਪਣੀ ਜੈ ਬਲਾਈ, ਗੁਰੂ ਨਾਨਕ ਸਾਹਿਬ ਨੇ ਸਾਰਾ ਜੀਵਨ ਸਾਡੇ ਦੱਬੇ ਕੁਚਲੇ ਲੋਕਾਂ ਨੂੰ ਗੜਨਾ ਲਾਇਆ, ਨੀਚਾਂ ਅੰਦਰ ਨੀਚ ਜਾਤ ਨਾ, ਨੀਚੀ ਨੂੰ ਅੱਤ ਨੀਚ ਨਾ ਦਿੱਤੇ ਸੰਸਾਰ ਵੱਡਿਆਂ ਸੁਖਿਆ ਰੀਸ, ਜਿੱਥੇ ਨੀਚ ਸੰਭਾਲੇ ਹਨ ਤਿੱਥੇ ਨਦ ਤੇਰੀ ਬਖਸ਼ਿਸ਼, ਕਿਤੇ ਜੈ ਬੁਲਾਈ। ਅੱਛਾ, ਤੁਸੀਂ ਦੁਨੀਆਂ 'ਚ ਵਿਚਰਦੇ ਹੋ, ਸਿੱਖਾਂ ਵਿੱਚ ਵਿਚਰਦੇ ਹੋ, ਹਿੰਦੂਆਂ ਵਿੱਚ ਵਿਚਰਦੇ ਹੋ, ਹਿੰਦੂ ਧਰਮ ਚਲੋ ਉਹਨਾਂ ਦਾ ਧਰਮ ਕਹਿੰਦਾ ਜੈ ਸ਼੍ਰੀ ਰਾਮ ਜੈ ਰਾਮ ਦੇ, ਜੋ ਵੀ ਕਹਿੰਦੇ ਨੇ ਕਹਿੰਦੇ ਨੇ, ਕਈ ਜਾਣਦੇ। ਸਾਡੇ ਵਾਲਿਆਂ ਨੇ ਉਹਨਾਂ ਦੀ ਕਾਪੀ ਕੀਤੀ, ਜੈ ਗੁਰੂ, ਜੈ ਗੁਰਦੇਵ ਜਾਂ ਜੈਕਾਰਾ ਗੁਰਦਾਸ ਮਹਾਰਾਜ ਦਾ ਬੁਲਾਉਣ ਲੱਗ ਗਏ। ਪਰ ਇੱਕ ਗੱਲ ਦੱਸੋ ਮੈਨੂੰ,
ਜਿਹਦੇ ਹੋਂ ਉਹਦੇ ਸਿਧਾਂਤ ਵਿੱਚ ਇਹ ਨਹੀਂ ਆਉਂਦਾ ਵੀ ਸਰੀਰ ਦੀ ਜੈ ਬਣਾਈ ਜਾਵੇ। ਭੈਣ ਮੇਰੀਏ, ਜਦੋਂ ਰਵਿਦਾਸ ਮਹਾਰਾਜ ਨੇ ਸਭ ਕੁਝ ਜਗ ਜਾਗ ਹੋ ਗਿਆ ਵੀ ਰੱਬ ਦਾ ਰੂਪ ਆ ਰਾਜ ਨਹੀਂ ਚੁੱਕੇ, ਜਦੋਂ ਸਮੇਂ ਦਾ ਰਾਜਾ ਆਇਆ ਨਾ, ਉਹਨੇ ਆਪਣਾ ਜਿਹੜਾ ਤਾਜ ਹੁੰਦਾ ਰਾਜੇ ਦਾ ਮਹਾਰਾਜ ਦੇ ਸਿਰ ਤੇ ਰੱਖਿਆ, ਮਹਾਰਾਜ ਨੂੰ ਆਪਣੇ ਹਾਥੀ ਤੇ ਬਿਠਾਇਆ, ਮਹਾਰਾਜ ਨੂੰ ਲੋਕ ਮਹਾਰਾਜ ਦੀ ਜੈ ਬਣਾਉਣ ਲੱਗੇ ਰਵਿਦਾਸ ਮਹਾਰਾਜ ਦੀ। ਮਹਾਰਾਜ ਨੇ ਰੋਕਿਆ ਲੋਕਾਂ ਨੂੰ, ਕਹਿੰਦੇ ਮੇਰੀ ਜੈ ਨਾ ਬਣਾਓ, ਉਹਦੀ ਜੈ ਬਣਾਓ ਜਿਹਦੀ ਮੈਂ ਬਣਾਉਣਾ ਆਪੋ ਸਾਧਨਾ। ਮਹਾਰਾਜ ਨੇ ਤੂੰ ਸ਼ਬਦ ਉਚਾਰਨ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਫੈ ਚਾ ਚੱਕਰੇ। ਚਾਰ ਪਤਵਾਰ ਕੇ ਆਪਣੀ ਜੈ ਨਹੀਂ ਬੁਲਾਈ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐ ਮੇਰੇ ਸਮਾਜ ਦੇ ਲੋਕੋ, ਸ਼ੀਰਾਂ ਦੀ ਜੈ ਨਹੀਂ ਬੁਲਾਉਣੀ, ਨਾ ਗੁਰੂ ਨਾਨਕ ਦੀ ਬੁਲਾਉਣੀ ਹੈ, ਦਸੇ ਪਾਤਸ਼ਾਹੀਆਂ ਦੀ ਨਹੀਂ ਬੁਲਾਉਣੀ, ਤੇ ਬੁਲਾਉਣੀ ਗੁਰੂ ਅਰਦਾਸ ਮਹਾਰਾਜ ਦੀ। ਸਾਡਾ ਇੱਕੋ ਹੀ ਨਾਰਾ, ਬੋਲੇ ਸੋ ਨਿਹਾਲ ਆਈਏ ਨਾ ਬਾਜ ਰੱਬ ਬੋਲਿਆ ਵਿੱਚ। ਇਹ ਨਾਰਾ ਨਾਮ ਲਾਓ, ਇਹ ਤਰੀਕੇ ਨਾਲ ਫਿੱਟ ਕੀਤਾ ਗਿਆ, ਤੁਹਾਡੇ ਵਿੱਚ ਥੋੜਾ ਜਿਹਾ ਹੋਸ਼ ਰੱਖੋ ਕਿ ਜਿਹੜਾ ਜੈ ਗੁਰਦੇਵ ਕਹਿੰਦੇ ਹੋ, ਮੂਰਤੀਆਂ ਦੇ ਅੱਗੇ ਦੀਵੇ ਵਿਖਾਉਣ ਲੱਗਦਾ ਨਾ, ਤੁਹਾਨੂੰ ਬਣਾ ਤਾ ਤੇ ਲਾਲੇ ਲਾਲ ਥੱਲੇ ਪਾਵਣ ਤਰੀਕੇ ਨਾਲ ਉਹ ਤੁਹਾਨੂੰ ਬਣਾਇਆ ਸੀ ਖਾਲਸੇ ਕਿਰਪਾਨਾ। ਅੱਛਾ ਇਹ ਗੱਲ ਆਪਾਂ ਪਹਿਲਾ ਪੁਆਇੰਟ ਕਲੀਅਰ ਕਰੀਏ। ਪਹਿਲਾ ਪੁਆਇੰਟ ਸੀ ਮਹਾਰਾਜ ਦਾ ਜਨਮ ਸ਼੍ਰੀ ਸਰਾਪ ਨਾਲ ਨਹੀਂ ਪੁਕਾਰ ਨਾਲ ਹੋਇਆ ਸੀ। ਦੂਜੀ ਗੱਲ ਕਰਾਂ, ਜੇ ਤੁਹਾਡਾ ਗੁਰੂ ਹੀ ਸ਼ਰਾਪਿਆ ਹੋਇਆ, ਤੁਹਾਡਾ ਕੀ ਸਵਾਲ ਬੋਲਦਾ ਸੀ? ਸਿੱਧੀ ਜੀ ਗੱਲ ਕਰਕੇ ਵੀ ਜੋੜ ਦੇ ਪਹਿਲਾਂ, ਜਿਹਦਾ ਗੁਰੂ ਹੀ ਸ਼ਰਾਪਿਆ ਹੋਇਆ, ਤੁਹਾਡਾ ਕੀ ਸਵਾਲ? ਦੂਜੇ ਮੈਨੂੰ ਬਾਜਾ ਆਉਂਦਾ, ਮੈਂ ਬੱਚਿਆਂ ਨੂੰ ਸਿਖਾ ਦਿੰਦਾ, ਜਿਹਨੂੰ ਕੰਪਿਊਟਰ ਆਉਂਦਾ ਕੰਪਿਊਟਰ ਸਿਖਾ ਦਿੰਦਾ, ਜਿਹੜੇ ਇਹਨਾਂ ਦੇ ਟੀਚਰ ਮੈਡੀਕਲ ਸਾਇੰਸ ਦੇ ਸਟੂਡੈਂਟਸ ਨੇ, ਉਹ ਟੀਚਰ ਜੋ ਮੈਡੀਕਲ ਪੜ੍ਹਾ ਦਿੰਦੇ ਨੇ ਸਾਇੰਸ। ਕਹਿਣ ਦਾ ਭਾਵ ਜਿਹੜਾ ਆਪ ਹੀ ਸ਼ਰਾਪਿਆ ਹੋਇਆ, ਕਿਸੇ ਦਾ ਭਲਾ ਕਿੱਥੋਂ ਕਰਦੇ? ਨਹੀਂ, ਐਸਾ ਨਹੀਂ ਹੈ। ਗੁਰੂ ਸਾਹਿਬ ਸੀ ਉਹ ਮਾਲਕ ਦੀ ਜੋਤ ਸੀ, ਉਹ ਸ਼ਰਾਪ ਨਾਲ ਨਹੀਂ, ਪੁਕਾਰ ਸੁਣ ਕੇ ਆਏ ਸੀ, ਪੁਕਾਰ ਸੁਣ ਕੇ ਆਏ ਸੀ। ਇਹ ਝੂਠੀ ਕਹਾਣੀ ਹੈ, ਝੂਠੀ। ਜਿਹੜਾ ਸੁਣਾਉਂਦਾ ਉਹਦਾ ਮਾਈਕ ਬੰਦ ਕਰਕੇ ਨਾ, ਉਹਦੀ ਮਾਂ ਪੜ੍ਹੋ ਵੀ ਕਿੱਥੇ ਪੜ੍ਹਿਆ ਹੋਏ, ਕਿੱਥੇ ਪੜ੍ਹਿਆ ਬੋਲ। ਤੇ ਮਹਾਰਾਜ ਦੇ 40 ਸ਼ਬਦ ਨੇ, ਅੱਗੇ ਆ ਜਾਓ। 40 ਵਿੱਚ ਇੱਕ ਵੀ ਥਾਵੇਂ ਕਿਤੇ ਨਹੀਂ ਲਿਖਿਆ ਮਹਾਰਾਜ ਨੇ ਵੀ ਮੈਂ ਗੰਗਾ ਪੂਜਣਾ। ਮੈਂ ਤੇ ਬਾਣੀ ਚੋਂ ਗੱਲ ਕਰਾਂਗਾ, ਮੇਰਾ ਸਭ ਕੁਛ ਗੁਰੂ ਗ੍ਰੰਥ ਸਾਹਿਬ ਨੇ, ਮੇਰਾ ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਨੇ, ਮੈਂ ਸ਼ੁਰੂ ਵੀ ਇੱਥੇ ਹੁੰਦਾ, ਮੈਂ ਮਰਾਂਗਾ ਵੀ। ਹੁਣ ਤੁਸੀਂ ਦੁਨੀਆਂ ਦੇ ਵਿਦਵਾਨ ਦੀ ਗੱਲ ਮੰਨੋਗੇ, ਮੈਨੂੰ ਜਵਾਬ ਦੇ ਉੱਚੀ ਜਿਹੇ ਬੋਲ ਕੇ ਜਿਹਨੇ ਬੈਠੇ ਹੋ ਭੈਣ ਭਾਈ, ਤੁਸੀਂ ਦੁਨੀਆਂ ਦੇ ਵਿਦਵਾਨ ਦੀ ਗੱਲ ਮੰਨੋਗੇ ਜਾਂ ਬਾਣੀ ਬਾਣੀ ਨੂੰ ਮੰਨੋਗੇ? ਬੋਲੋ ਜੀ, ਬਾਣੀ ਨੂੰ ਮੰਨੋਗੇ ਨਾ। ਤੇ ਬਾਣੀ ਵਿੱਚ ਗੁਰੂ ਰਵਿਦਾਸ ਲਿਖਦੇ ਨੇ, ਜਹਿ ਜਹਿ ਜਾਓ ਤਹਾਂ ਤੇਰੀ ਸੇਵਾ, ਤੁਮ ਸਿਉ ਠਾਕੁਰ ਔਰ ਨਾ ਦੇਵਾ ਆਖੋ ਸਤਨਾਮ। ਕਲੀਅਰ ਹੋ ਗਿਆ ਹੋਵੇ ਤਕਰੀਬਨ ਬਹੁਤੀ ਹੱਦ ਵੀ ਗੰਗਾ ਪੂਜੀ ਕੇ ਨਹੀਂ ਪੂਜੀ। ਉਹ ਭਾਈ ਦੇਵੀ ਦੇਵਤੇ ਕੇ ਮਾੜੀਆਂ ਮੋਟੀਆਂ ਚੀਜ਼ਾਂ ਸੀ, ਮਾੜੀਆਂ ਮੋਟੀਆਂ ਰਵਿਦਾਸ ਮਹਾਰਾਜ ਦੇ ਬੜੇ ਬੜੀ ਬੜੀ ਨੇ ਸਮਾਜ ਨੂੰ ਬੜੀ ਬੜੀ ਮਹਾਨ ਹੋ ਸੀ ਉਹ ਬੜੀ ਮਹਾਨ ਸ਼ਖਸੀਅਤ ਸੀ ਉਹ ਕਿਉਂਕਿ ਮਾੜੀ ਮੋਟੀ ਚੀਜ਼ ਨਹੀਂ ਸੀ ਤੁਸੀਂ ਦੇਵੀਆਂ ਦੇ ਪੁਜਾਰੀ ਕਹਿ ਕੇ ਮਹਾਰਾਜ ਨੂੰ ਦੇਵੀ ਤੋਂ ਛੋਟਾ ਬਣਾ ਦਿੰਦੇ ਹੋ। ਹੁਣ ਅਗਲੀ ਗੱਲ ਤੁਸੀਂ ਸਾਡੇ ਫਾ
ਥੋੜਾ ਜਿਹਾ ਵਿਸ਼ਾ ਛੋਇਆ ਸੀ। ਅੱਜ ਵੀ ਛੋ ਲੱਗਾ ਜਿੰਨੇ ਦੇਵੀ ਦੇਵਤੇ ਨੇ, ਜਿੰਨੇ ਤੁਸੀਂ ਬੈਠੇ ਹੋ, ਕਿਸੇ ਇੱਕ ਵੀ ਦੇਵੀ ਦੇਵਤੇ ਦੀ ਜਿੰਨੇ ਤੁਸੀਂ ਬੈਠੇ ਹੋ ਇੱਕ ਨੂੰ ਵੀ ਕੀ ਦੇਣਾ ਮੈਨੂੰ ਖੜਾ ਹੋ ਕੇ ਦੱਸ ਦਿਓ, ਮੈਂ ਵੀ ਉਸ ਦੇਵੀ ਦੇਵਤੇ ਨੂੰ ਮੰਨਣ ਲੱਗ ਜਾਂਦਾ। ਸਾਰੀ ਸੰਗਤ ਵਿੱਚ
ਬੋਲੋ ਮੈਂ ਅੱਜ ਨਾਲ ਲੈ ਕੇ ਚੱਲੂਗਾ ਉਹ ਥਾਲੀ ਜਿਹੜੀ ਹੁੰਦੀ ਹੈ ਪੂਜਾ ਵਾਲੀ, ਨਾਲ ਚੱਲੂ ਤੁਹਾਡੇ ਸਿਰ ਝੁਕਾਊਂਗਾ, ਮੈਨੂੰ ਦੇਣ ਦੱਸ ਦਿਓ ਕੀ ਹੈ ਸਾਡੇ ਸਮਾਜ ਨੂੰ। ਭੈਣੋ ਵੀਰੋ ਜਵਾਬ ਦਿਓ, ਵਿਚਾਰ ਹੈ, ਵਿਚਾਰ ਐਵੇਂ ਹੁੰਦੀ ਹੈ, ਇਹ ਵਿਚਾਰ ਹੈ, ਗੁਰਮਤ ਦੀ ਵਿਚਾਰ ਹੈ, ਵਿਚਾਰ ਐਵੇਂ ਹੁੰਦੀ ਹੈ ਫੇਸ ਟੂ ਫੇਸ, ਕੁਝ ਗੱਲਾਂ ਤੁਹਾਡੀਆਂ ਕੁਝ ਵੀ ਨਹੀਂ, ਤੁਹਾਡੇ ਸਵਾਲ ਮੇਰੇ ਜਵਾਬ, ਮੇਰੇ ਸਵਾਲ ਤੁਹਾਡੇ ਜਵਾਬ, ਤੇ ਗੁਰਮਤ ਦੇ ਵਿਚਾਰ ਹੈ, ਮੈਨੂੰ ਜਵਾਬ ਦਿਓ। ਇੱਕ ਵੀ ਦੇਵੀ ਦੇਵਤੇ ਨੇ ਤੁਹਾਡਾ ਕੀ ਸਵਾਲਿਆ? 1950 ਤੋਂ ਪਹਿਲਾਂ ਕਿਹੜੀ ਸਰਸਵਤੀ ਬੋਲੀ ਵੀ ਇਹਨਾਂ ਦੇ ਵੀ ਸਕੂਲ ਖੋਲ ਦੋ? 1950 ਤੋਂ ਪਹਿਲਾਂ ਕੌਣ ਬੋਲਿਆ ਵੀ ਇਹ ਵੀ ਚੰਗੇ ਘਰਾਂ 'ਚ ਰਹਿ ਸਕਦੇ ਨੇ? ਉਹ ਲੋਕਾਂ ਬੋਲੋ ਨਹੀਂ, ਕੋਈ ਨਹੀਂ ਬੋਲਿਆ। ਸਾਡੇ ਵੀ ਮਹਾਰਾਜ ਜੈਦੇਵ ਜੈਦੇਵ ਤੋਂ ਸੰਘਰਸ਼ ਸ਼ੁਰੂ ਹੁੰਦਾ ਹੈ, ਸਿੱਖ ਧਰਮ ਬੁੱਧਿਜ਼ਮ ਉਸ ਤੋਂ ਪਿੱਛਾ ਹੈ। ਗੱਲਾਂ ਦੁਖਦੀਆਂ ਨੇ, ਉਹਨਾਂ ਨੂੰ ਸਮਝਣ ਲਈ ਥੋੜਾ ਸਮਾਂ ਜ਼ਿਆਦਾ ਚਾਹੀਦਾ। ਉਹ ਵਿਚਾਰ ਬਾਬਾ ਨਾਮਦੇਵ ਨੇ ਮੰਜੀ ਠੋਕੀ ਬਾਹਮਣ ਦੀ ਸਿੱਧੀ, ਪਤਾ ਕੀ ਕਹਿੰਦੇ ਨੇ ਬਾਬਾ ਨਾਮਦੇਵ? ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ, ਮਹਾਰਾਜ ਕਹਿੰਦੇ ਭੈਰੋ ਭੂਤ ਸੀਤਲਾ ਧਾਵੈ ਖਰ ਬਾਹਨ ਕੋ ਛਾਲ ਉਡਾਵੈ। ਮਤਲਬ ਕਹਿੰਦੇ ਭੂਤਾਂ ਨੂੰ ਪੁੱਛਣਾ, ਭੈਰੋ ਭੂਤ ਨੂੰ ਪੁੱਛਣਾ, ਤੂੰ ਸ਼ਰਮ ਨਹੀਂ ਹੁੰਦੀ ਤੈਨੂੰ? ਕਹਿੰਦੇ ਭੈਰੋ ਭੂਤ ਸੀਤਲਾ ਧਾਵੈ ਖਰ ਬਾਹਨ ਕੋ ਛਾਲ ਉਡਾਵੈ। ਜੇ ਸੀਤਲਾ ਮਾਤਾ ਦੀ ਪੂਜਾ ਕਰੇਗਾ ਉਹਦੀ ਸਵਾਰੀ ਜਿਹੜਾ ਖੋਤਾ ਖੋਤੇ ਵਰਗਾ ਬਣ ਕੇ ਸਵਾਰੀ ਉਡਾ ਸਕਦਾ, ਇਸ ਤੋਂ ਵੱਧ ਕੁਛ ਨਹੀਂ। ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਅੱਗੇ ਅੱਗੇ ਫਿਰ ਮਹਾਰਾਜ ਕਹਿੰਦੇ ਹਾਂਜੀ ਜਵਾਬ ਕੁਛ ਨਾ ਕੁਛ ਲਿਖਿਆ ਲੇਕਿਨ ਉਹ ਦੇਖਣ ਲਈ ਤੁਹਾਨੂੰ ਐਨਕ ਗੁਰੂ ਗ੍ਰੰਥ ਸਾਹਿਬ ਦੀ ਲਾ ਲੈਣੀ ਚਾਹੀਦੀ। ਜਿਵੇਂ ਆਮ ਇਗਜ਼ਾਮਪਲ ਮਖੂ ਵੀਰ ਜੀ ਦਿੰਦੇ ਹੁੰਦੇ ਆ, ਕਹਿੰਦੇ 100 ਸੁਹਾਗਣ ਇਕੱਠਿਆਂ ਨੂੰ ਇੱਕ ਵੱਡੇ ਕਮਰੇ ਵਿੱਚ ਬੰਦ ਕਰ ਦਿਓ, ਖਸਮ ਦੀ ਆਵਾਜ਼ ਕਿਵੇਂ ਪਛਾਣਨੀ ਹੈ ਵੀ ਇਹ ਬਚਨ ਬਾਣੀ ਦਾ ਹੀ ਹੋ ਸਕਦਾ, ਇਹ ਬਚਨ ਰਵਿਦਾਸ ਮਹਾਰਾਜ ਦਾ ਹੋ ਸਕਦਾ ਜਾਂ ਕਿਸੇ ਦਾ ਹੋਰ ਹੈ, ਉਹਨਾਂ ਦੇ ਸਿਰਨਾਮੇ ਥੱਲੇ। ਕਹਿੰਦੇ 100 ਸੁਹਾਗਣਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਓ, ਬਾਹਰੋਂ ਜਿਹਦਾ ਪਤੀ ਆਵਾਜ਼ ਮਾਰੇਗਾ ਕਹਿੰਦੇ 100 ਦੇ ਵਿੱਚ ਉਹੀ ਬੋਲੇਗੀ ਆਪਣੇ ਸਤਨਾਮ ਸ਼੍ਰੀ ਵਾਹਿਗੁਰੂ, ਉਹੀ ਬੋਲੇਗੀ, ਦੂਜੀ ਨਹੀਂ ਬੋਲਦੀ। ਉਹਨੂੰ ਪਤਾ ਹੈ, ਉਹਨੂੰ ਆਪਣੇ ਖਸਮ ਦੀ ਪਤੀ ਦੀ ਪਛਾਣ ਹੈ ਵੀ ਮੇਰੇ ਪਤੀ ਦੀ ਆਵਾਜ਼ ਹੈ। ਇਸੇ ਤਰ੍ਹਾਂ ਜੇ ਤੁਸੀਂ ਬਾਣੀ ਪੜੋਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ, ਤੁਹਾਨੂੰ ਪਤਾ ਲੱਗ ਜੂ ਵੀ ਸ਼ਾਇਦ ਇਹ ਰਵਿਦਾਸ ਮਹਾਰਾਜ ਦੀ ਬਾਣੀ ਹੋ ਸਕਦੀ ਆ। ਸਿਧਾਂਤ ਮਿਲਦਾ ਨਾ, ਪ੍ਰਕਰਨ ਮਿਲਦਾ, ਸਿਧਾਂਤ ਮਿਲਦਾ, ਬਸ ਇੰਨੀ ਕੀ ਗੱਲ ਹੈ, ਠੀਕ ਹੈ ਭੈਣ, ਹੋ ਸਕਦੀ ਹੈ। ਲੇਕਿਨ ਉਹ ਨਹੀਂ ਜਿਹੜੀ ਸਿਧਾਂਤ ਰੱਦ ਕਰਦੀ ਹੈ, ਉਹ ਬਾਣੀ ਨਹੀਂ ਹੈ, ਉਹ ਬਾਣੀ ਨਹੀਂ। ਇੱਥੇ ਇੱਕ ਦਾ ਸਿਧਾਂਤ ਹੈ, ਇਹ ਜਿਹੜੇ ਉਹ ਤਿਆਰ ਕਰੀ ਬੈਠੇ ਨੇ ਨਾ, ਜਿਹੜੇ ਸਾਨੂੰ ਮੂਰਤਾਂ ਪੁੱਜਣ ਲੱਗਦਾ, ਜਿਹਨਾਂ ਨੇ ਬਿਲਕੁਲ ਬਾਹਮਣ ਦੇ ਥੱਲੇ ਪਿੱਟ ਕਰਤਾ, ਉਹ ਸਾਡੇ ਨਹੀਂ ਹੋ ਸਕਦੇ। ਬਸ ਮੈਂ ਨਾਮ ਨਹੀਂ ਲੈਂਦਾ, ਸਮਝ ਲਓਗੇ।
ਦੋ ਬੇੜਾ ਡੇਰਾ ਰਹੋ ਦਿਸ਼ਾ। ਹੁਣ ਗੱਲ ਕਰ ਰਿਹਾ ਸੀ ਮਹਾਰਾਜ ਨੇ ਗੰਗਾ ਪੂਜੀ ਕਿ ਨਹੀਂ ਪੂਜੀ, ਮਹਾਰਾਜ ਨੂੰ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਬਣਾ ਕੇ ਉਹਨਾਂ ਦੀ ਐਡੀ ਵੱਡੀ ਸ਼ਖਸੀਅਤ ਨੂੰ, ਮਹਾਨ ਪਰਸਨੈਲਿਟੀ ਨੂੰ, ਗ੍ਰੇਟ ਪਰਸਨੈਲਿਟੀ ਨੂੰ ਛੋਟੀ ਨਾ ਕਰੋ। ਦੇਵੀ ਦੇਵਤਿਆਂ ਦੀ ਸਮਾਜ ਨੂੰ ਕੋਈ ਦੇਣ ਨਹੀਂ। ਮਹਾਰਾਜ ਨੇ ਤੇ ਕ੍ਰਾਂਤੀ ਛੇੜਤੀ ਸੀ, ਕ੍ਰਾਂਤੀ ਅੰਦੋਲਨ ਛੇੜਤਾ ਸੀ ਰਾਜੇ ਚੋਂ ਅੱਗੇ ਆ ਕੇ। ਤੁਸੀਂ ਇਮੈਜਿਨ ਕਰੋ ਕਿੱਡਾ ਦਮ ਹੋਏਗਾ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਅਰਦਾਸ ਮਹਾਰਾਜ ਕਿ ਸਮੇਂ ਦੇ ਰਾਜੇ ਤੇ ਰਾਜਿਆਂ ਦੇ ਬੱਚੇ ਵੀ ਚੁੱਕੇ ਆ ਗਿਆ ਕੋਈ ਸਾਥ ਨਾ ਆਉਂਦਾ। ਮੈਸਨ ਦੇ ਕਰੋ ਭਾਈ, ਸੋਚੋ ਤੇ ਸਹੀ ਕਿੱਡਾ ਵੱਡਾ ਵਿਚਾਰ, ਕਿੱਡਾ ਵੱਡਾ ਵਿਚਾਰ ਦਾ ਸਮੁੰਦਰ ਹੋਏਗਾ ਮਹਾਰਾਜ ਕੋਲ, ਕਿੱਡਾ ਵੱਡਾ ਕਿ ਸਮੇਂ ਦੇ ਰਾਜੇ ਰਾਣੀਆਂ ਉਹਨਾਂ ਦੇ ਬੱਚੇ ਵੀ ਆ ਕੇ ਚੁੱਕੇ। ਕਦੇ ਸੋਚਿਓ ਬੈਠ ਕੇ, ਸੋਚਿਓ ਵੀ ਅਰਦਾਸ ਜੀ ਕਹਿ ਰਹੇ, ਕਹਿ ਕੇ ਅਰਦਾਸ ਜੀ ਰਹੇ ਬਸ ਗੱਲ ਸਮਝੋ। ਹੁਣ ਲੋਕ ਕਹਿੰਦੇ ਵੀ ਗੰਗਾ ਪੂਜੀ ਤੇ ਅਰਦਾਸ ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਹਰ ਸੋ ਹੀਰਾ ਛਾੜ ਕੇ, ਰੱਬ ਨੂੰ ਛੱਡ ਕੇ ਜੋ ਕਰੇ ਆਨ ਕੀ ਆਸ, ਕਿਸੇ ਹੋਰ ਦੀ ਆਸ ਰੱਖਦਾ ਹੈ, ਕਿਸੇ ਹੋਰ ਦੀ ਟੇਕ ਰੱਖਦਾ ਹੈ। ਮਹਾਰਾਜ ਕਹਿੰਦੇ ਤੇ ਨਰ ਉਹ ਬੰਦੇ ਉਹ ਇਨਸਾਨ ਦੋਜਖ ਜਾ ਕੇ, ਸਤ ਪਖ ਹੈ ਰਵਿਦਾਸ, ਰਵਿਦਾਸ ਸੱਚ ਕਹਿੰਦਾ ਹੈ। ਉਹ ਬੰਦੇ ਨਰਕਾਂ ਨੂੰ ਜਾਣਗੇ ਜਿਹੜੇ ਇੱਕ ਨੂੰ ਛੱਡ ਕੇ ਕਿਸੇ ਹੋਰ ਦੀ ਓਰ ਤੱਕਦੇ ਨੇ, ਬਾਕੀ ਸਤ ਨਾ ਹੋ। ਹੁਣ ਮਹਾਰਾਜ ਦੀ ਬਾਣੀ ਕੀ ਕਹਿੰਦੀ, ਵਿਚਾਰ ਕਰੋ ਬਾਣੀ ਚੋਂ ਵਿਚਾਰ ਕਰੋ। ਨਿਰੋਲ ਬਾਪੂ ਬਾਪੂ ਕੀ ਕਹਿੰਦਾ ਹੈ ਵੇਖੋ, ਤੁਹਾਡਾ ਬਾਪ ਕੀ ਕਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਮਹਾਰਾਜ। ਹੁਣ ਮਹਾਰਾਜ ਜੀ ਕਹਿੰਦੇ ਹਰਸੋ ਹੀਰਾ ਛੱਡ ਕੇ ਜੋ ਕਰੇ ਯਾਰ ਕੀ ਆਸ, ਤੇ ਨਰ ਦੁਜਕ ਜਾਏਗੀ ਸਤ ਭਾਗ ਹੈ ਰਵਿਦਾਸ। ਤੇ ਲੋਕ ਕਹਿੰਦੇ ਗੰਗਾ ਪੂਜੀ, ਤੇ ਜਿਹੜੀ ਭਾਈ ਬਲਦਾਵ ਕਹਿੰਦੇ ਕੱਢ ਸਿੱਧਾ ਸੌਂਪਿਆ ਵਾਲੇ, ਉਹਨਾਂ ਸਮੇਂ ਦੀਆਂ ਪ੍ਰਚਲਿਤ ਕਥਾਵਾਂ ਵਾਲੀਆਂ ਹੁੰਦੀਆਂ ਭਾਈ ਬਲਦਾਵ ਜੀ ਨੇ ਲੈ ਲਈ ਪ੍ਰਚਲਿਤ ਕਥਾਵਾਂ। ਹੋਰ ਵੀ ਬੜਾ ਕੁਛ ਮਿਲਦਾ ਭਾਈ ਬਲਦਾਵ ਜੀ ਦੀ ਵਾਰਾਂ ਦੇ ਵਿੱਚ, ਇਕੱਲਾ ਹੀ ਹੋਰ ਵੀ ਬੜਾ ਕੁਛ ਮਿਲਦਾ ਹੈ। ਸਮੇਂ ਦੀਆਂ ਪ੍ਰਚਲਿਤ ਕਥਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲੈ ਲਈਆਂ, ਇੱਕ ਆਧਾਰ ਬਣਾ ਕੇ ਥੋੜਾ ਜਿਹਾ ਜੋੜ ਕੇ ਮਹਾਰਾਜ ਨੇ ਬੁੱਕਾ ਇੱਕ ਅਦਾ ਦਿੱਤਾ। ਰਹੋ ਵਿਚਾਰ, ਇਹ ਦੋ ਪੁਆਇੰਟ ਕਲੀਅਰ ਨੇ। ਪਹਿਲਾ ਵੀ ਮਹਾਰਾਜ ਦਾ ਜਨਮ ਕਿਸੇ ਸ਼ਰਾਪ ਨਾਲ ਨਹੀਂ, ਪੁਕਾਰ ਨਾਲ ਹੋਇਆ ਸੀ, ਅਰਦਾਸ ਨਾਲ ਹੋਇਆ ਸੀ। ਸਾਡੀਆਂ ਅਰਦਾਸਾਂ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਣੀਆਂ, ਤੇ ਅਰਦਾਸ ਮਹਾਰਾਜ ਦੀ ਡਿਊਟੀ ਲਈ ਵੀ ਜਾਓ, ਇਹਨਾਂ ਦੱਬੇ ਕੁਚਲੇ ਲੋਕਾਂ ਨੂੰ ਤਾਂ ਚੱਕੋ। ਆਖੋ ਸਤ ਨਾਮ। ਅੱਗੇ ਆਓ, ਗੰਗਾ ਨਹੀਂ ਪੁੱਜੀ। ਅੱਜ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਕਹਾਣੀ ਸੁਣਾਉਂਦਾ ਉੱਥੇ ਰੋਕ ਦੋ, ਉੱਥੇ ਤੁਹਾਡੇ ਬੱਚੇ ਸੁਣਨਗੇ। ਕਹਿੰਦੇ ਨੇ, ਕਹਿੰਦੇ ਜੇ ਇੱਕ ਝੂਠ ਨੂੰ 100 ਵਾਰੀ ਰਿਪੀਟ ਕੀਤਾ ਜਾਵੇ ਉਹ ਸੱਚ ਬਣ ਜਾਂਦਾ, ਇੱਕ ਝੂਠ ਨੂੰ 100 ਵਾਰੀ ਰਿਪੀਟ ਕੀਤਾ ਜਾਵੇ ਉਹ ਸੱਚ ਬਣ ਜਾਂਦਾ ਹੈ। ਤੇ ਇਸ ਝੂਠ ਨੂੰ 100 ਵਾਰੀ ਨਹੀਂ, ਹਜ਼ਾਰਾਂ ਵਾਰ ਰਿਪੀਟ ਕਰ ਚੁੱਕੇ ਸਾਡੇ ਬੱਚਾ। ਗੰਗਾ ਪੂਜੀ, ਕਦੇ ਵੀ ਉੱਥੇ ਨਗਰ ਕੀਰਤਨ ਤੇ ਜਿਹੜਾ ਢਾਡੀ ਆਵੇ ਮਾਂ ਦਾ ਪੁੱਤ, ਉਹ ਕਹਿੰਦਾ ਮੈਂ ਨਹੀਂ ਕਹਿੰਦਾ ਗੰਗਾ ਦੇ ਗੰਢੇ ਰੋਕਣਾ, ਬਸ ਸਾਰੀ ਗੰਗਾ ਚ ਡੁੱਬੀਆਂ ਲਾਈ ਕਹਿੰਦੇ ਸਾਰੀ ਸਾਰੀ। ਕੱਲ ਮੱਖੂ ਜੀ ਨੇ ਜਾਣਾ ਉੱਥੇ ਕਥਾ ਕਰਨ, ਬੱਚਿਆਂ ਨੇ ਕਰਨਾ ਕੀਰਤਨ, ਮੈਂ ਜਾਣਾ ਭਾਤ ਸਿੰਘ, ਤੇ ਮੱਖੂ ਜੀ ਨੂੰ ਬੇਨਤੀ ਕਰਾਂਗਾ ਵੀ ਥੋੜਾ ਜਿਹਾ ਗੰਗਾ ਚੋਂ ਪਾਣੀ ਘੱਟ ਕਰਿਓ। ਰਹੋ ਵਿਚਾਰ, ਇਹ ਗੱਲਾਂ ਗੁਰਮਤ ਦੀਆਂ ਨੇ ਭਾਈ। ਇੱਥੇ ਇੱਕ ਦਾ ਸਿਧਾਂਤ ਹੈ ਜਿਹੜਾ ਤੁਹਾਡੇ ਵਿੱਚ ਵੀ ਰਹਿੰਦਾ, ਮੇਰੇ ਵਿੱਚ ਵੀ ਰਹਿੰਦਾ, ਸਭ ਮੈਂ ਜੁੱਤ ਜੁੱਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਸਾਰਿਆਂ ਦੇ ਚ ਕਹਿ ਰਹਿੰਦਾ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਭ ਪਾਈ ਅਬ ਅੱਲਾਹ ਦੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ, ਇੱਕ ਦੀ ਗੱਲ ਆਉਂਦੀ ਹੈ ਇੱਕ ਦੀ, ਏਕ ਨੂਰ ਤੇ ਸਭ ਜਪੋ ਜੇ ਕੌਣ ਭਲੇ ਕਿਹੜੇ ਭਲੇ ਨੇ ਕਿਹੜੇ ਮਾੜੇ ਨੇ, ਪਾਏ ਕੇ ਇੱਕ ਦੁਨੀਆ ਚੌਥੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਨ ਵਾਟ ਕਰ ਦਿੰਦਾ ਹੈ। ਮਹਾਰਾਜ ਨੇ ਪੈਂਚਰ ਬੜੇ ਲਾਏ ਕਮਾਲ ਦੇ,
ਮੱਝੀ ਬੜੀ ਠੋਕੀ ਹੈ ਬਾਹਮਣ ਦੀ। ਕਹਿੰਦੇ ਦੱਸ ਜੇ ਤੂੰ ਵਾਕਈ ਉੱਚਾ ਹੈ ਤੂੰ ਫਿਰ ਦੁਨੀਆ ਤੇ ਕਿਸੇ ਹੋਰ ਰਸਤੇ ਤੋਂ ਨਹੀਂ ਆਉਂਦਾ, ਜਿੱਥੋਂ ਦੀ ਮੈਂ ਆ ਉੱਥੋਂ ਦੀ ਤੂੰ ਆ, ਕਿਉਂਕਿ ਹੋਰ ਰਸਤਾ ਲੈ ਕੇ ਆਉਂਦਾ ਨਾ ਮੈਂ ਮੰਨ ਲੈਂਦਾ ਵੀ ਤੂੰ ਉੱਚਾ। ਫਿਰ ਦੱਸ ਤੇਰੀਆਂ ਰਗਾਂ ਚ ਵੀ ਖੂਨ ਚੱਲਦਾ, ਚੱਲਦਾ ਮੇਰੀਆਂ ਰਗਾਂ ਚ ਵੀ ਖੂਨ ਹੈ, ਫਿਰ ਤੇਰੀਆਂ ਚ ਦੁੱਧ ਕਿਉਂ ਨੀ ਚੱਲਦਾ ਬਈ ਜੇ ਤੂੰ ਉੱਚਾ ਹੈ। ਸਵਾਲ ਨੇ, ਸਵਾਲਾਂ ਦਾ ਜਵਾਬ ਹੈ ਨੀ ਕਿਸੇ ਕੋਲੇ, ਸਵਾਲਾਂ ਦਾ ਜਵਾਬ ਅੱਜ ਤੱਕ ਨੀ ਆਇਆ ਕਿਸੇ ਕੋਲੋਂ, ਇਹੀ ਨੀ ਗਿਆਨੀ ਦਿੱਤ ਸਿੰਘ ਨੇ ਵੀ ਮੰਜੀ ਠੋਕੀ ਸੀ, ਜਿਹਦੇ ਨਾਂ ਤੇ ਬਣਿਆ ਨਾ ਦਯਾਨੰਦ DMC ਹਸਪੀਟਲ, ਪਤਾ ਤੁਹਾਨੂੰ ਸਵਾਮੀ ਦਯਾਨੰਦ ਤਿੰਨ ਵਾਰ ਡਿਬੇਟ ਵਿੱਚ ਹਰਾਇਆ ਸੀ ਦਯਾਨੰਦ ਨੂੰ ਗਿਆਨੀ ਦਿੱਤ ਸਿੰਘ ਨੇ, ਤੁਹਾਡੇ ਵਿੱਚੋਂ ਸੀ ਦਿੱਤ ਸਿੰਘ ਤੁਹਾਡੇ ਵਿੱਚੋਂ, ਤਿੰਨ ਵਾਰ ਡਿਬੇਟ ਵਿੱਚ ਹਰਾਇਆ ਗਿਆਨੀ ਦਿੱਤ ਸਿੰਘ ਨੇ, ਮੈਨੂੰ ਮਾਣ ਹੁੰਦਾ ਉਹਨਾਂ ਦਾ ਨਾਮ ਲੈਂਦੇ ਨੂੰ, ਮੈਨੂੰ ਮਾਣ ਮਹਿਸੂਸ ਹੁੰਦਾ ਗਿਆਨੀ ਦਿੱਤ ਸਿੰਘ ਦਾ ਨਾਮ ਲੈਂਦੇ ਨੂੰ ਵੀ ਮੇਰੀ ਕੌਮ ਵਿੱਚ ਐਸੇ ਵਿਦਵਾਨ ਪੈਦਾ ਹੋਏ ਨੇ, ਮੈਂ ਉਸ ਕੌਮ ਵਿੱਚ ਜਾਂਦੇ ਆ ਆਪੋ ਸਾਧਨਾ। ਐਸਾ ਹਰਾਇਆ ਸਵਾਮੀ ਦਯਾਨੰਦ, ਐਸਾ ਹਰਾਇਆ ਕਹਿੰਦੇ ਸਵਾਮੀ ਦਯਾਨੰਦ ਦੇ ਚੇਲੇ ਵੀ ਕਹਿਣ ਲੱਗੇ ਵੀ ਸਵਾਮੀ ਜੀ ਬਾਹਲੀ ਮਾੜੀ ਵਾਰ ਆ ਰਹੇ ਹੋ, ਬਾਹਲੀ ਬੁਰੀ ਤਰ੍ਹਾਂ ਆ ਰਹੇ ਹੋ, ਸਵਾਮੀ ਦੇ ਚੇਲੇ ਕੋਲ ਕਹਿ ਰਹੇ ਵੀ ਸਵਾਮੀ ਜੀ ਬਾਹਲੀ ਬੁਰੀ ਵਾਰ ਆ ਰਹੇ ਹੋ। ਜਿਵੇਂ ਕਿਸੇ ਦੀ ਜਮਾਨਤ ਨੀ ਜ਼ਬਤ ਹੋ ਜਾਂਦੀ, ਜਮਾਨਤ ਜ਼ਬਤ ਹੋ ਜਾਂਦੀ ਹੈ ਜਿਹਨੂੰ ਇੱਕ ਲੈਵਲ ਦੀਆਂ ਵੋਟਾਂ ਨਾ ਪੈਣ ਉਹਦੀ ਜਮਾਨਤ ਜ਼ਬਤ ਹੋ ਗਈ ਮੰਨੋ, ਕਿਉਂਕਿ ਉਹਦੇ ਚੇਲੇ ਕਹਿਣ ਲੱਗ ਗਏ ਕਹਿੰਦੇ ਬਾਹਲੀ ਬੁਰੀ ਹਾਲ ਆ। ਅੱਗੇ ਵਧੋ, ਹੁਣ ਕਹਿੰਦੇ ਜੀ ਜੰਜੂ ਚਾਰ ਜਨੇਊ ਅੰਦਰੋਂ ਕੱਢੇ, ਚਾਰ ਜਨੇਊ ਅੰਦਰੋਂ ਕੱਢੇ, ਛਾਤੀ ਚਿਰੀ ਰਾਜੇ ਦੀ ਕਚਹਿਰੀ ਚ ਚਾਰ ਜਨੇਊ ਕੱਢ ਕੇ ਦਿਖਾਤੇ ਚਾਰੇ ਜੁਗਾਂਦੇ, ਉਹ ਫਿਰੋਜ਼ ਖਾਨ ਨੇ ਵੀ ਗਾਦਾ ਚੱਕ ਕੇ ਚਾਰ ਜੁਗਾਂ ਦੇ ਚਾਰ ਜਨੇਊ ਕੱਢ ਕੇ ਕਿਤੇ ਦਿਖਾਉਂਦਾ ਹੈ, ਲੋਕੀ ਕਹਿੰਦੇ ਜੋੜੇ ਗੰਢਦੇ, ਉਹ ਗੰਢਦਾ ਤਕਦੀਰਾਂ ਇਹ ਚ ਕੋਈ ਸ਼ੱਕ ਨਹੀਂ, ਲੋਕਾਂ ਨੂੰ ਲੱਗਦਾ ਸੀ ਵੀ ਜੋੜੇ ਗੰਢਦਾ ਪਰ ਉਹ ਗੰਢਦਾ ਤਕਦੀਰਾਂ ਨੂੰ ਸੀ, ਤਕਦੀਰਾਂ ਇਹ ਨਹੀਂ ਸੀ ਵੀ ਸਿਰ ਤੇ ਹੱਥ ਧਰ ਕੇ ਤਕਦੀਰ ਬਦਲ ਦਿੰਦਾ ਸੀ, ਨਹੀਂ ਉਹ ਜਿਹੜਾ ਉਹਦੇ ਕੋਲੇ ਆਉਂਦਾ ਸੀ ਉਹਨੂੰ ਗਿਆਨ ਦਿੰਦਾ ਸੀ ਉਹ ਅਗਲੇ ਦੀ ਮੱਤ ਬਦਲ ਦਿੰਦਾ ਸੀ, ਸਾਧਨਾ ਉੱਪਰ ਬਦਲ ਦਿੰਦਾ ਸੀ, ਉੱਪਰ ਮੱਤ ਬਦਲ ਦਿੰਦਾ ਸੀ ਗਿਆਨ ਨਾਲ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗਿਆਨ ਹੈ। ਆਮ ਜੀ ਖਾਲਕ ਆਮ ਜੀ ਉਦਾਹਰਨ ਦੇਣਾ, ਐਗਜ਼ਾਮਪਲ ਦੇਣਾ, ਫੋਰ ਐਗਜ਼ਾਮਪਲ ਇੱਕ ਅਨਪੜ੍ਹ ਬੰਦਾ ਹੈ ਤੁਹਾਡੇ ਲੁਧਿਆਣੇ ਦੇ ਬੱਸ ਸਟੈਂਡ ਵਿੱਚ ਖੜਾ, ਉਹਨੂੰ ਨੀ ਪਤਾ ਵੀ ਲੁਧਿਆਣੇ ਤੋਂ ਜਲੰਧਰ ਨੂੰ ਬੱਸ ਕਿਹੜੀ ਤੇ ਕਿੱਥੋਂ ਜਾਣੀ। ਹੁਣ ਇੱਕ ਪੜਿਆ ਹੋਇਆ ਖੜਾ ਚਾਹੇ 10th ਪਾਸ ਹੀ ਹੈ, ਉਹਨੇ ਵੇਖਣਾ ਵੀ ਉਹ ਹੈਗਾ ਆਲੇ ਡਿੱਪੂ ਹੈ ਜਲੰਧਰ ਵਾਲਾ, ਇੱਥੇ ਖੜੋ ਮਰਸਾ ਜਲੰਧਰ ਉੱਤਰ ਜਾਂਦੀ ਹੈ। ਪਰ ਮੇਰੇ ਗਿਆਨ ਗਿਆਨ ਮੈਂ ਗੱਲ ਗਿਆਨ ਦੀ ਕਰ ਰਿਹਾ, ਜਿਹਦੇ ਕੋਲ ਗਿਆਨ ਹੈ ਉਹਦੀ ਮਾਨਸਿਕਤਾ ਜਾਗ ਗਈ, ਜਿਹਦੇ ਕੋਲ ਗਿਆਨ ਨਹੀਂ ਉੱਪਰ ਪੁੱਛੀ ਜਾਂਦਾ ਵੀ ਭਾਈ ਦੱਸ ਦੇ ਜਲੰਧਰ ਵਾਲੇ ਕਿੱਥੋਂ ਜਾਊ ਜਲੰਧਰ। ਮੀਨਸ ਕੀ ਮਹਾਰਾਜ ਕਹਿੰਦੇ ਇਹ ਮੇਰੇ ਮਾਲਕ, ਲੋਕ ਅਗਿਆਨਤਾ ਪਿੱਛੇ ਭੱਜੇ ਜਾਂਦੇ ਆ, ਮਾਧੋ ਇਹ ਮੇਰੇ ਮਾਲਕ ਅਵਿਦਿਆ ਹਿੱਤ ਕੀ, ਇਹ ਹਿੱਤ ਕੀ ਦਾ ਪੂਰਦੇ ਨੇ, ਪੱਖ ਕੀ ਦਾ ਪੂਰਦੇ ਨੇ, ਅਗਿਆਨਤਾ ਦਾ ਹਨੇਰੇ ਦਾ ਵਿਵੇਕ ਦੀਪ ਮਲੀਨ, ਵਿਵੇਕ ਦੀਪ ਮਲੀਨ। ਮਹਾਰਾਜ ਕਹਿੰਦੇ ਇਹਨਾਂ ਦੀ ਬੁੱਧੀ ਦਾ ਦੀਵਾ ਧੁੰਦਲਾ ਹੋ ਗਿਆ, ਧੁੰਦਲਾ। ਮਹਾਰਾਜ ਰਵਿਦਾਸ ਕਹਿ ਰਹੇ ਨੇ ਬਾਣੀ ਵਿੱਚ, ਮਾਧੋ ਅਵਿਦਿਆ ਹਿੱਤ ਕੀਨ ਵਿਵੇਕ ਦੀਪ ਮਲੀਨ, ਇਹ ਅਗਿਆਨਤਾ ਦਾ ਪੱਖ ਪੂਰਦੇ ਨੇ, ਅਗਿਆਨੀ ਬੰਦਿਆਂ ਪਿੱਛੇ ਲੱਗਦੇ ਨੇ, ਇਹਨਾਂ ਦਾ ਵਿਵੇਕ ਦਾ ਦੀਵਾ ਇਹਨਾਂ ਦੀ ਬੁੱਧੀ ਦਾ ਦੀਵਾ ਧੁੰਦਲਾ ਹੋ ਗਿਆ, ਧੁੰਦਲਾ ਫਿੱਕਾ ਪੈ ਗਿਆ ਇਹਨਾਂ ਨੂੰ, ਧੁੰਦਲਾ ਧੁੰਦਲਾ ਹੋ ਗਿਆ ਸਾਰਾ ਕੁਛ। ਸਾਡੀ ਹਾਲਤ ਨਾ ਹੈ, ਸਾਨੂੰ ਸੱਚ ਦੀ ਪਛਾਣ ਹੀ ਨਹੀਂ, ਸਾਨੂੰ ਝੂਠ ਦੀ ਪਛਾਣ ਹੀ ਨਹੀਂ, ਸਾਨੂੰ ਖਸਮ ਦੀ ਬਾਣੀ ਦੀ ਪਛਾਣ ਹੀ ਨਹੀਂ, ਇਹ ਕਰਨੀ ਪਏਗੀ, ਸਾਨੂੰ ਸੱਚ ਜਾਣਨਾ ਪਏਗਾ ਵੀ ਸੱਚ ਕੀ ਹੈ,
ਸੱਚ ਹੀ ਰੱਬ ਹੈ ਆਪੋ ਸੱਚ ਨਾਮ ਕਹਿੰਦੇ ਸੱਚਾ ਸਵਰ ਅਕੋਰਡਿੰਗ ਟੂ ਇੰਡੀਅਨ ਕਲਾਸੀਕਲ ਮਿਊਜ਼ਿਕ ਕਹਿੰਦੇ ਸੱਚਾ ਸਵਰ ਉਹਤੇ ਵੀ ਅਸਰ ਕਰਦਾ ਜਿਹਨੂੰ ਸੰਗੀਤ ਬਾਰੇ ਜ਼ਰੂਰ ਪਤਾ ਸ਼ੁੱਧ ਸਵਰ ਸੱਚਾ ਸਵਰ ਉਹਦੀਆਂ ਵੀ ਅੱਖਾਂ ਬੰਦ ਕਰ ਤੇ ਮੱਕੂ ਜੀ ਕਈ ਵਾਰੀ ਮੇਰੇ ਨਾਲ ਹੁੰਦੇ ਆ ਉਹ ਕਹਿੰਦੇ ਇਹਦਾ ਸੁਰ ਕਿੱਥੇ ਹੈ ਜਿਹੜਾ ਕੋਮਾ ਦੱਸੇ ਆ ਪਿਛਲੇ ਦਿਨ ਸ਼ਿਲਪਰ ਕੋਈ ਗਾ ਰਿਹਾ ਸੀ ਮੈਨੂੰ ਕਹਿੰਦੇ ਵੀਰੇ ਮੈਂ ਕੋਲੇ ਕਹਿੰਦੇ ਹਰਿੰਦਰ ਇਹਦਾ ਸੁਰ ਕਿੱਥੇ ਹੈ ਮੈਂ ਕਿਹਾ ਮੈਨੂੰ ਪਤਾ ਨਹੀਂ ਹਾਲਾਂਕਿ ਉਹਨੇ ਕੀਰਤਨ ਨਹੀਂ ਸਿੱਖਿਆ ਪਰ ਜਾਣਕਾਰੀ ਹੈ ਉਹ ਰਾਗੀਆਂ ਚ ਵੀ ਚੱਲਦੇ ਨੇ ਕਹਿਣ ਦਾ ਭਾਵ ਸੱਚ ਹੀ ਪਰਮਾਤਮਾ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸਿਆ ਵਾਟ ਦੀਦਾ ਚੋਰੀ ਜਿਹੜਾ ਰਾਹ ਗੁਰੂ ਨੇ ਦਿਖਾਇਆ ਉਸ ਰਸਤੇ ਤੇ ਚੱਲੋ ਹਮੇਸ਼ਾ ਸੱਚ ਬੋਲੋ ਤੇ ਸੱਚ ਬੋਲਣਾ ਹੀ ਤੁਹਾਡਾ ਧਰਮ ਹੈ ਆਖੋ ਸਤਨਾਮ ਆਖੋ ਸਤਨਾਮ ਹੁਣ ਜਨੇਊ ਕੀ ਹੈ ਜਨੇਊ ਕੀ ਹੈ ਧਿਆਨ ਨਾਲ ਸੁਣਿਓ ਕਹਿੰਦੇ ਚਾਰ ਕੱਢੇ ਮੈਂ ਨਹੀਂ ਮੰਨਦਾ ਚਾਰ ਕੱਢੇ ਮੈਂ ਨਹੀਂ ਮੰਨਦਾ ਇੱਕ ਵੀ ਨਹੀਂ ਕੱਢਿਆ ਸਾਡਾ ਲੈਣਾ ਦੇਣਾ ਕੋਈ ਨਹੀਂ ਜਨੇਊ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਨੇਊ ਨਾਲ ਧਿਆਨ ਰੱਖਿਓ ਪਰ ਉਹ ਵਿਚਾਰ ਜਨੇਊ ਕੀ ਹੈ ਬਾਣੀ ਵਿੱਚ ਆਉਂਦਾ ਹੈ ਤਿਹੇ ਪਾਇਣ ਤੱਕ ਤਿੰਨ ਧਾਗੇ ਪਾਉਂਦਾ ਹੈ ਕੌਣ ਬ੍ਰਾਹਮਣ ਤਿੰਨ ਧਾਗਿਆਂ ਦਾ ਜਨੇਊ ਪਾਉਂਦਾ ਬ੍ਰਾਹਮਣ ਦੋ ਧਾਗਿਆਂ ਦਾ ਜਨੇਊ ਪਾਉਂਦਾ ਹੈ ਖੱਤਰੀ ਰਾਜਾ ਇੱਕ ਧਾਗੇ ਦਾ ਜਨੇਊ ਪਾਉਂਦਾ ਹੈ ਵੈਸ਼ ਬਾਣੀ ਇੱਕ ਤੋਂ ਥੱਲੇ ਤੇ ਕੁਛ ਰਹਿ ਨਹੀਂ ਗਿਆ ਭਾਈ ਇੱਕ ਤੋਂ ਬਾਅਦ ਜ਼ੀਰੋ ਹੁੰਦੀ ਹੈ ਸਾਡੇ ਲਈ ਜ਼ੀਰੋ ਸੀ ਸਾਡੇ ਲਈ ਜਨੇਊ ਕਹਿੰਦੀ ਸੀ ਸਾਨੂੰ ਆਗਿਆ ਨਹੀਂ ਸੀ ਜਨੇਊ ਪਾਉਣ ਦੀ ਇਵਨ ਕਿ ਕੋ ਫਿਲਮ ਹੈ ਰਿਸ਼ੀ ਕਪੂਰ ਦੀ ਹੈ ਫਿਲਮਾਂ ਵਿੱਚੋਂ ਮੈਂ ਬਹੁਤ ਕੁਝ ਲੈ ਲੈਣਾ ਪ੍ਰੇਮ ਗ੍ਰੰਥ ਮਾਧੁਰੀ ਦੀਕਸ਼ਿਤ ਤੇ ਰਿਸ਼ੀ ਕਪੂਰ ਦੀ ਫਿਲਮ ਹੈ ਅਨੁਪਮ ਖੇਰ ਰਿਸ਼ੀ ਕਪੂਰ ਦਾ ਪਿਓ ਬਣਿਆ ਹੁੰਦਾ ਠਾਕੁਰ ਬਣਿਆ ਹੁੰਦਾ ਫਿਲਮ ਵਿੱਚ ਵੇਖਿਓ ਥੋੜੀ ਕਹਾਣੀ ਹੈ ਥੋੜੀ ਜੀ ਓਮਪੁਰੀ ਦੀ ਪੁਰੀ ਹੁੰਦੀ ਹੈ ਉਹ ਚ ਦਿਖਾਇਆ ਜਦੋਂ ਤੇ ਤੋਲਾਦਾਨ ਹੁੰਦਾ ਤੋਲਾਦਾਨ ਬਾਹਮਣ ਨੂੰ ਤੋਲਿਆ ਜਾਂਦਾ ਸੀ ਇੱਕ ਤੱਕੜੀ ਵਿੱਚ ਬਿਠਾ ਕੇ ਸੁਣਿਓ ਬੜੀ ਇੰਟਰਸਟਿੰਗ ਗੱਲ ਆ ਰਹੀ ਹੈ ਕਰਨ ਕਰਨ ਲੱਗੇ ਫਿਲਮ ਦਾ ਜ਼ਿਕਰ ਤਾਂ ਕੀਤਾ ਫਿਲਮਾਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਬੜਾ ਕੁਝ ਸਿੱਖਣ ਲਈ ਹੁੰਦਾ ਬੜਾ ਕੁਝ ਸਿੱਖਣ ਲਈ ਥ੍ਰੀ ਇਡੀਅਟਸ ਫਿਲਮ ਵਿੱਚ ਆਮਿਰ ਖਾਨ ਸਿਖਾਉਂਦਾ ਮੈਂ ਹਰ ਸਕੂਲ ਵਿੱਚ ਜਾਣਾ ਬੱਚੇ ਨੂੰ ਸਿਖਾਉਂਦਾ ਬੇਟਾ ਕਾਮਯਾਬੀ ਪਿੱਛੇ ਨਾ ਭੱਜੋ ਕਾਬਿਲ ਬਣੋ ਕਾਮਯਾਬੀ ਤੁਹਾਡੇ ਪਿੱਛੇ ਭੱਜ ਗਈ ਆਪ ਸਤਨਾਮ ਬੱਚੇ ਨੂੰ ਕਹੀਦਾ ਕੀਰਤਨ ਸਿੱਖੋ ਰਾਗ ਸਿੱਖੋ ਪ੍ਰੋਗਰਾਮ ਨਾ ਪਾੜੋ ਜਦੋਂ ਰਾਗ ਆ ਗਏ ਕੀਰਤਨ ਆ ਗਏ ਦੁੱਖ ਤੁਹਾਡਾ ਟਾਈਮ ਮੰਗਣਗੇ ਆਪ ਸਤਨਾਮ ਦੇਖੋ ਇਹ ਬੱਚੇ ਨੇ ਫਰੀਦਾਬਾਦ ਕੀਰਤਨ ਕੀਤਾ ਮਹਾਰਾਜ ਦੀ ਕਿਰਪਾ ਉਦੋਂ ਦਰਬਾਰ ਸਾਹਿਬ ਤੋਂ ਵੀ ਜਥਾ ਗਿਆ ਅਸੀਂ ਡੇਢ ਘੰਟਾ ਲਾਇਆ ਉਹਨਾਂ ਨੇ ਘੰਟਾ ਲਾਇਆ ਸੰਗਤ ਨੇ ਹੱਥਾਂ ਤੇ ਚੱਕ ਲਏ ਸਾਨੂੰ ਹੱਥਾਂ ਤੇ ਇੰਨਾ ਪਿਆਰ ਔਰ ਇੰਨੇ ਪੈਸੇ ਵੀ ਮਿਲੇ ਸਨ ਇੰਨੇ ਪੈਸੇ ਵੀ ਤੇ ਮੁੜਦੇ ਹੋਏ ਫਿਰ ਬੱਚੇ ਢਾਬੇ ਤੇ ਖੜਾ ਕੇ ਮੈਂ ਕਿਹਾ ਪੁੱਤ ਜੋ ਮਰਜ਼ੀ ਕਰ ਜੋ ਮਰਜ਼ੀ ਕਿਉਂਕਿ ਇਹਨਾਂ ਤੋਂ ਵੱਧ ਕੇ ਮੇਰੇ ਲਈ ਕੁਛ ਨਹੀਂ ਮੇਰੀ ਆਪਣੀ ਇੱਕ ਸਗੀ ਧੀ ਹੈ 15 ਮਾਰਚ ਨੂੰ 1 ਸਾਲ ਦੀ ਹੋ ਜਾਏਗੀ ਹਰਗੀਤ ਕੌਰ ਤੇ ਮੈਨੂੰ ਲੱਗਦਾ ਉਹ ਮੇਰੇ ਚੋਂ ਮੇਰੇ ਲਈ ਬਾਅਦ ਵਿੱਚ ਪਹਿਲਾਂ ਮੇਰੇ ਲਈ ਕੀ ਆਪੋਸਤ ਰੋ ਵਿਚਾਰ ਚਾਰ ਜਨੇਊ ਜਨੇਊ ਕੀ ਸੀ ਸਾਡੇ ਲਈ ਜਨੇਊ ਨਹੀਂ ਸੀ ਅਸੀਂ ਨਹੀਂ ਪਾ ਸਕਦੇ ਸੀ ਹੁਣ ਉਹਦੇ ਵਿੱਚ ਕੀ ਦਿਖਾਇਆ ਤੋਲਾ ਦਾਨ ਬਾਹਮਣ ਨੂੰ ਇੱਕ ਤੱਕੜੀ ਵਿੱਚ ਬਿਠਾਇਆ ਤਾਂ ਇੱਕ ਪਾਸੇ ਬਾਹਮਣ ਬਹਿੰਦਾ ਹੈ ਦੂਜੇ ਪਾਸੇ ਚਾਂਦੀ ਸੋਨਾ ਹੀਰੇ ਜਵਾਹਰਾਤ ਪਾਏ ਜਾਂਦੇ ਸੀ ਉਹਦੇ ਬਰਾਬਰ ਦੇ ਕਰਦੇ ਹੁੰਦੇ ਸੀ ਆ ਜਿਹੜਾ ਸਾਡੇ ਵਾਲਾ ਲਾਣਾ ਇਹ ਤੋਲਾ ਦਾਨ ਤਾਂ ਕਰ ਸਕਦਾ ਸੀ ਜਾਣੀ ਕਿ ਜਿੱਥੇ ਬਾਹਮਣ ਬਹਿੰਦਾ ਉਹਦੇ ਸੋਨਾ ਜਾਂ ਰੁਪਈਆ ਤਾਂ ਰੱਖ ਸਕਦਾ ਸੀ ਉਸ ਸਮੇਂ ਦਾ ਪਰ ਮੰਦਰ ਵਿੱਚ ਜਾ ਕੇ ਜਿਹੜਾ ਵੀ ਉਹਨਾਂ ਨੇ ਰੱਬ ਬਣਾਇਆ ਸੀ ਝੂਠਾ ਰੱਬ ਮੰਦਰ ਵਿੱਚ ਉਹਦੇ ਦਰਸ਼ਨ ਹੀ ਕਰ ਸਕਦਾ ਸੀ ਉਹਨੂੰ ਕਹਿੰਦੇ ਸੀ ਉਹ ਮੋਰੀ ਰੱਖੀ ਤੇਰੀ ਵੀ ਮੋਰੀ ਦੇਖ ਮੋਰੀ ਵਿੱਚ ਜਾ ਕੇ ਉਹ ਫਿਲਮ ਵਿੱਚ ਸਾਫ਼ ਦਿਖਾਇਆ ਸਾਫ਼ ਫਿਲਮ ਵਿੱਚ ਸਾਫ਼ ਦਿਖਾਇਆ
ਉਹ ਫਿਰ ਉਹ ਜਾਂਦੇ ਨੇ ਵਿਚਾਰੇ ਪਿਓ ਦੀ ਦੁਨੇ ਉਹ ਮੂਰੀ ਵਿੱਚ ਵੀ ਵੇਖਦੇ ਨੇ ਫਿਰ ਰਿਸ਼ੀ ਕੋ ਨੂੰ ਗੁੱਸਾ ਚੜ ਜਾਂਦਾ ਉਹਨਾਂ ਦਾ ਭਗਵਾਨ ਹੀ ਜਗ ਰਿਹਾ ਹੁੰਦਾ ਬਾਰੇ ਆ ਗੁੱਸਾ ਨਾ ਇਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਪ੍ਰੇਮ ਰੋਗ ਫਿਲਮ ਵਿੱਚ ਦੇਖ ਲਓ ਤੁਸੀਂ ਰਿਸ਼ੀ ਕਪੂਰ ਦੀ ਉਹਦੇ ਵਿੱਚ ਉਹ ਜਿਹੜੀ ਫਿਲਮ ਦੀ ਹੀਰੋਇਨ ਹੁੰਦੀ ਉਹ ਵਿਧਵਾ ਹੋ ਜਾਂਦੀ ਹੈ ਵਿਧਵਾ ਹੋ ਕੇ ਵਿਧਵਾ ਨੂੰ ਬਾਹਮਣ ਨੇ ਕੀ ਜੀਵਨ ਦਿੱਤਾ ਉਹ ਤੁਸੀਂ ਵੇਖ ਸਕਦੇ ਹੋ ਉਹਦੇ ਵਿੱਚ ਤੇ ਕੇਸ ਮੁੜਨ ਲੱਗੇ ਚਿੱਟੇ ਕੱਪੜੇ ਪਾ ਤੇ ਚੱਜਦਾ ਖਾਣਾ ਨਹੀਂ ਚੱਜਦਾ ਪਾਉਣਾ ਨਹੀਂ ਉਹਦਾ ਕੀ ਕਸੂਰ ਆ ਭਾਈ ਉਹਦੀ ਉਹਦਾ ਘਰ ਵਾਲਾ ਮਰ ਗਿਆ ਉਹਦੇ ਵਿੱਚ ਉਹਦਾ ਕੀ ਦੋਸ਼ ਹੈ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਇਸਲਾਮ ਦੀ ਸਮਾਜ ਨੂੰ ਦੇਣ ਬੜੀ ਹੈ ਮੁਹੰਮਦ ਸਾਹਿਬ ਨੇ ਇਹ ਰੀਤ ਤੋਰੀ ਸੀ ਵੀ ਵਿਧਵਾ ਦਾ ਵਿਆਹ ਕਰੋ ਵਿਧਵਾ ਨਾਲ ਵਿਆਹ ਕਰੋ ਇਹ ਮੁਹੰਮਦ ਸਾਹਿਬ ਦੀ ਰੀਤ ਤੋਰੀ ਸੀ ਸਾਡੇ ਉਸਤਾਦ ਉਸਤਾਦ ਮਦਰ ਖਾਨ ਜੀ ਸਾਨੂੰ ਦੱਸਦੇ ਹੁੰਦੇ ਸੀ ਇਹ ਰੀਤ ਮੁਹੰਮਦ ਸਾਹਿਬ ਨੇ ਤੋਰੀ ਸੀ ਵੀ ਵਿਧਵਾ ਨਾਲ ਵਿਆਹ ਕਰੋ ਵਿਧਵਾ ਨੂੰ ਅਧਿਕਾਰ ਹੈ ਚੰਗਾ ਜੀਵਨ ਜਿਉਣ ਦਾ ਕਿਉਂ ਨਾ ਕਿਉਂ ਨਹੀਂ ਹੈ ਭਾਈ ਕਿਉਂ ਨਹੀਂ ਹੈ ਭਾਈ ਉਹਦਾ ਕੀ ਕਸੂਰ ਆ ਮਾਲਕ ਨੇ ਇੱਕ ਬੰਦੇ ਨੂੰ ਦੁਨੀਆਂ ਤੇ ਭੇਜਿਆ ਤੇ ਮਾਲਕ ਨੇ ਬੁਲਾ ਲਿਆ ਇਹਦੇ ਵਿੱਚ ਮੇਰਾ ਕੀ ਕਸੂਰ ਨਾ ਮੈਂ ਭੇਜਣ ਵਾਲਾ ਨਾ ਮੈਂ ਬੁਲਾਉਣ ਵਾਲਾ ਮੇਰੀ ਭੈਣ ਦਾ ਕੀ ਕਸੂਰ ਨਾ ਉਹ ਭੇਜਣਾ ਨਹੀਂ ਨਾ ਬੁਲਾਉਣ ਵਾਲਾ ਐਸਾ ਨਹੀਂ ਇਹ ਗੱਲਾਂ ਸਾਨੂੰ ਇਹ ਦੇਖਣਾ ਪਏਗਾ ਬ੍ਰਾਹਮਣਵਾਦ ਜਿਹੜਾ ਸੀਰੀਅਲਾਂ ਵਿੱਚ ਆ ਸਾਰਾ ਦੇਖਣਾ ਪਏਗਾ ਹੁਣ ਇੱਕ ਨੋਟ ਕਰੋ ਗੱਲ ਇੱਥੇ ਰੁਕੀ ਗੱਲ ਹੋਰ ਕਰਾਂ 26 ਜਨਵਰੀ ਨੂੰ ਕੀ ਹੈ ਸਰਦਾਰ ਹੋਵੇ ਤੁਸੀਂ ਸਾਰੀ ਵੇਖ ਲਿਓ ਪਰੇਡ ਸਾਰਾ ਦਿਨ ਸਾਰੇ ਦੇਖ ਲਿਓ ਚੈਨਲ ਜੇ ਇੱਕ ਵੀ ਝਾਕੀ ਬਾਬਾ ਸਾਹਿਬ ਦੀ ਹੋਵੇ ਇੱਕ ਵੀ ਚੈਨਲ ਬਾਬਾ ਸਾਹਿਬ ਦਾ ਨਾਮ ਨਹੀਂ ਲੈ ਜਾਵੇ ਇੱਕ ਵੀ ਚੈਨਲ ਬਾਬਾ ਸਾਹਿਬ ਦਾ ਨਾਮ ਨਹੀਂ ਲੈਂਦਾ ਇੱਕ ਵੀ ਝਾਕੀ ਬਾਬਾ ਸਾਹਿਬ ਦੇ ਨਾਮ ਤੇ ਨਹੀਂ ਨਿਕਲਦੀ ਕਿਉਂ ਕਿਉਂਕਿ ਉਹ ਸ਼ੂਦਰ ਹੈ ਅੱਜ ਵੀ ਬਾਹਮਣ ਦੇ ਦਿਮਾਗ ਦੇ ਵਿੱਚ ਉਹ ਨਹੀਂ ਜ਼ਹਿਰਾ ਜਿਹੜਾ ਸਦੀਆਂ ਪਹਿਲਾਂ ਸੀ ਮੈਂ ਇਸ ਬਾਰੇ ਗੱਲ ਮਹਿਸੂਸ ਕੀਤੀ 26 ਜਨਵਰੀ ਦਿਨ ਵੀ ਬਾਬਾ ਸਾਹਿਬ ਤੇਰੇ ਸੰਵਿਧਾਨ ਲਾਗੂ ਹੋਣ ਦੇ ਸੰਬੰਧ ਵਿੱਚ ਐਡਾ ਵੱਡਾ ਖਰਚਾ ਕਰਦੀ ਹੈ ਸਰਕਾਰ ਪਰ ਤੇਰਾ ਨਾਮ ਤੱਕ ਨਹੀਂ ਲੈਂਦੇ ਬਾਬਾ ਸਾਹਿਬ ਤੇਰੇ ਨਾਲ ਅੱਜ ਵੀ ਫਰਕ ਰੱਖਦੇ ਨੇ ਤੇਰੇ ਨਾਲ ਅੱਜ ਵੀ ਭੇਦਭਾਵ ਕਰਦੇ ਨੇ ਲੋਕ ਇਹ ਨੀਚ ਲੋਕ ਇਹ ਛੋਟੀ ਸੋਚ ਵਾਲੇ ਲੋਕ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਬਾਹਮਣ ਵੀ ਆਏ ਬਾਣੀ ਵਿੱਚ ਬੈਠੇ ਨੇ ਆਪਣੇ ਸਤਨਾਮ ਇੱਥੇ ਬਾਣੀ ਮਹਾਰਾਜ ਨੇ ਬਰਾਬਰ ਬਿਠਾਏ ਇੱਥੇ ਨਹੀਂ ਫਰਕ ਰੱਖਿਆ ਇਹ ਸਮਝਣਾ ਪਵੇਗਾ ਸਾਡੇ ਨਾਲ ਫਰਕ ਅੱਜ ਨਹੀਂ ਹੁੰਦਾ ਤਾਜ਼ੀ ਗੱਲ ਕਰਾਂ ਬਿਲਕੁਲ ਤਾਜ਼ੀ ਕਰਾਂ CRPF ਦੇ ਜਵਾਨ ਬੜੇ ਸ਼ਹੀਦ ਹੋਏ ਇੱਕ ਦੀ ਡੈਡ ਬੋਡੀ ਉਹ ਬਾਕਸ ਵਿੱਚ ਪਾ ਕੇ ਯੂਪੀ ਦੇ ਕਿਸੇ ਪਿੰਡ ਵਿੱਚ ਉਹਦੇ ਪਿੰਡ ਪਹੁੰਚੀ ਸੰਸਕਾਰ ਲਈ ਸੰਸਕਾਰ ਕਰਨ ਲਈ ਸ਼ਮਸ਼ਾਨ ਪਹੁੰਚੀ ਅੱਜ ਦੇ 4-5 ਦਿਨ ਪਹਿਲਾਂ ਬਲਾਸਟ ਹੋਇਆ ਉਹਦੀ ਗੱਲ ਕਰਦਾ ਮੈਂ ਰਮਾਇਣ ਦੀ ਗੱਲ ਨਹੀਂ ਕਰਦਾ ਮੈਂ 500 ਸਾਲ 1000 ਸਾਲ ਪਹਿਲਾਂ ਦੀ ਗੱਲ ਨਹੀਂ ਕਰਦਾ ਮੈਂ ਸਿਰਫ 5 ਦਿਨ ਪਹਿਲਾਂ ਦੀ ਗੱਲ ਕਰਦਾ ਕੁਝ ਘੰਟੇ ਪਹਿਲਾਂ ਦੀ ਗੱਲ ਕਰਦਾ ਸੁਣੋ ਧਿਆਨ ਨਾਲ ਕਾਸ਼ ਮਰੀ ਹੋਈ ਜ਼ਮੀਰ ਜਾਗ ਜਾਏ ਸਾਡੀ ਸੁੱਤੀਆਂ ਅੱਖਾਂ ਜਾਗ ਜਾਣ ਸਾਡੀਆਂ ਉਸ ਮੇਰੇ ਭਰਾ ਦਾ ਉਸ ਮਹਾਨ ਸ਼ਹੀਦ ਦਾ ਪਾਰਥ ਸ਼ਹੀਦ ਜਦੋਂ ਉਹਦੇ ਜੱਦੀ ਪਿੰਡ ਪਹੁੰਚਿਆ ਸ਼ਮਸ਼ਾਨ ਤੱਕ ਪਰਿਵਾਰ ਲੈ ਕੇ ਗਿਆ ਬਾਹਮਣ ਕਹਿੰਦਾ ਇਹ ਤੇ ਸ਼ੂਦਰ ਹੈ ਨੀਚ ਹੈ ਇਹਦਾ ਸ਼ਮਸ਼ਾਨ ਘਾਟ ਦੇ ਵਿੱਚ ਇੱਥੇ ਸੰਸਕਾਰ ਨਹੀਂ ਹੋ ਸਕਦਾ ਕਿੱਥੇ ਕਿੱਥੇ ਫਿਰਦੇ ਹੋ ਤੁਸੀਂ ਦੇਸ਼ ਬਦਲ ਰਿਹਾ ਹੈ ਕੁਛ ਨਹੀਂ ਬਦਲ ਰਿਹਾ ਹੈ ਕੁਛ ਨਹੀਂ ਬਦਲ ਰਿਹਾ ਹੈ ਸ਼ਹੀਦ ਤੋਂ ਉੱਪਰ ਤੇ ਕੁਛ ਨਹੀਂ ਹੁੰਦਾ ਸ਼ਹੀਦ ਤੋਂ ਉੱਪਰ ਤੇ ਕੁਛ ਨਹੀਂ ਹੁੰਦਾ ਭਾਈ ਉਹ ਜਿਹੜਾ ਦੇਸ਼ ਲਈ ਮਰਿਆ ਉਹ ਤੋਂ ਵਰਗੇ ਕੀ ਹੋਏਗਾ ਉਹ ਤੋਂ ਵਰਗੇ ਕੀ ਹੋਏਗਾ ਉਹ ਤੋਂ ਵਰਗੇ ਕੀ ਹੋਏਗਾ ਉਹਦਾ ਸੰਸਕਾਰ ਨਹੀਂ ਹੋਣ ਦਿੱਤਾ ਉਹਨਾਂ ਨੇ ਆਪਣੇ ਸ਼ਮਸ਼ਾਨ 'ਚ
ਕਿਹੜੇ ਨਹੀਂ ਪੈਣਗੇ ਇਹਨਾਂ ਨੂੰ? ਕਿਸੇ ਮਾਂ ਦਾ ਪੁੱਤ ਸੀ ਉਹ, ਕਿਸੇ ਮਾਂ ਦਾ ਪੁੱਤ ਸੀ ਉਹ, ਕਿਸੇ ਭੈਣ ਦਾ ਭਾਈ ਸੀ, ਦੋ ਬੱਚਿਆਂ ਦਾ ਬਾਪ ਸੀ, ਕਿਸੇ ਭੈਣ ਦਾ ਪਤੀ ਸੀ। ਪਿਆਏ ਉਹ ਕਈਆਂ ਦੀ ਬੋਡੀ ਤੇ ਦੂਜਿਆਂ ਦਾ ਸਮਾਨ ਕੱਢ ਕੱਢ ਪਾਇਆ ਉਹਨਾਂ ਨੇ, ਕਿਲੋ ਕਿਲੋ ਸਮਾਨ ਖੇਚਿਆ ਆਂਦਰਾ, ਕਿਲੋ ਕਿਲੋ ਅਜੇ ਤੱਕ ਬ੍ਰਾਹਮਣ ਵਾਦ ਤੇ ਵੀ ਉੱਚਾ ਹੈ। ਅੱਖ ਨੀਚ ਨੇ ਜੀ, ਸ਼ੂਦਰ ਨੇ ਜੀ, ਇਹਨਾਂ ਦਾ ਸ਼ਮਸ਼ਾਨ ਦੇ ਵਿੱਚ ਸੰਸਕਾਰ ਨਹੀਂ ਹੋ ਸਕਦਾ। ਇਸ ਦੇਸ਼ 'ਚ ਰਹਿ ਰਹੇ ਤੁਹਾਡੇ ਨਾਲ ਹੁੰਦਾ ਆਇਆ ਹੈ ਕੁਛ? ਆ ਹੁਣ ਤੇ ਸ਼ਮਸ਼ਾਨ ਘਾਟ ਇੱਕ ਹੋ ਗਏ, ਮੇਰੀਆਂ ਮਾਤਾਵਾਂ ਬੈਠੀਆਂ ਅੱਡ ਅੱਡ ਹੁੰਦੇ ਸੀ ਕਿ ਨਹੀਂ ਹੁੰਦੇ ਸੀ? ਹੁੰਦੇ ਸੀ, ਬਹੁਤੇ ਸਮੇਂ ਤੇ ਅੱਜ ਵੀ ਅਲੱਗ ਨੇ। ਅਸੀਂ ਜਿਉਂਦੇ ਜੀ ਵੀ ਇਕੱਠੇ ਹੁੰਦੇ, ਇਕੱਠੇ ਅਸੀਂ ਮਰ ਕੇ ਵੀ ਹੁੰਦੇ। ਆਖੋ ਸਤਨਾਮ ਰਹੋ ਵਿਚਾਰ। ਜਨੇਊ ਪਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਸੀ ਭਾਈ, ਜਨੇਊ ਤੇ ਸਾਨੂੰ ਪਾਉਣ ਹੀ ਨਹੀਂ ਦਿੱਤਾ ਗਿਆ ਤੇ ਅਸੀਂ ਪਾਉਣਾ ਵੀ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਨਹੀਂ ਪਾਇਆ, ਗੁਰੂ ਨਾਨਕ ਸਾਹਿਬ ਨੇ ਬਾਹਮਣ ਨੂੰ ਪਾਣੀ ਨੂੰ ਰੋਕਤਾ ਵੀ ਮੈਂ ਨਹੀਂ ਪਾਉਣਾ। ਆਸਾ ਦੀ ਵਾਰ ਸਾਰਾ ਦੇਖ ਕੇ ਮਹਾਰਾਜ ਨੇ ਪੜ ਲਿਓ, ਠੀਕ ਜਨੇਊ ਨਹੀਂ ਦਿਖਾਇਆ ਕੱਢ ਕੇ। ਹੁਣ ਮਹਾਰਾਜ ਦਾ ਆਪਾਂ ਸੰਖੇਪ ਵਿੱਚ ਚਰਚਾ ਕਰਕੇ ਸਮਾਪਤੀ ਕਰੀਏ। ਮਹਾਰਾਜ ਦਾ ਅਸਲ ਜੀਵਨ ਕੀ ਸੀ? ਮਹਾਰਾਜ ਦਾ ਜਨਮ ਉਸ ਸਮਾਜ ਵਿੱਚ ਹੋਇਆ ਜਿੱਥੋਂ ਦੇ ਲੋਕ ਪਸ਼ੂਆਂ ਤੋਂ ਬਦਤਰ ਜੀਵਨ ਬਤੀਤ ਕਰਦੇ ਸੀ। ਮਹਾਰਾਜ ਤਰੀਕੇ ਨਾਲ, ਚਲਾਕੀ ਨਾਲ, ਚੁਸਤੀ ਨਾਲ ਪੜ੍ਹੇ, ਖੁਦ ਪੜ੍ਹੇ, ਪੜ੍ਹਨ ਦੀ ਆਗਿਆ ਤੇ ਨਹੀਂ ਸੀ, ਪਰ ਮਹਾਰਾਜ ਪੜ੍ਹੇ ਕਿਉਂਕਿ ਮਾੜੀ ਮੋਟੀ ਚੀਜ਼ ਨਹੀਂ ਸੀ। ਮਹਾਨ ਲੋਕ ਹੁੰਦੇ ਨੇ ਨਾ, ਉਹ ਤਰੀਕਾ ਲੱਭ ਲੈਂਦੇ ਨੇ ਸਮੇਂ ਦੀਆਂ ਸਰਕਾਰਾਂ ਨਾਲ ਲੜਨ ਦਾ ਤੇ ਹੱਲੋ ਆਪਣਾ ਕੱਢ ਲੈਂਦੇ। ਮਹਾਰਾਜ ਪੜ੍ਹੇ ਤੇ ਲੋਕਾਂ ਨੂੰ ਪੜ੍ਹਾਇਆ, ਇੱਕ ਸੱਚਾ ਗਿਆਨ ਦਿੱਤਾ ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਹੁਣ ਐਜੂਕੇਸ਼ਨ ਕੀ ਆ? ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਕਹਿੰਦੇ ਸੀ ਕਿ ਐਜੂਕੇਸ਼ਨ ਵਿਦਿਆ ਸ਼ੇਰਨੀ ਦਾ ਦੁੱਧ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਲਿਖਦੇ ਆ, ਲਿਖਤੀ ਰੂਪ ਵਿੱਚ ਪਈ ਉਹਨਾਂ ਦੀ ਗੱਲ ਇਹ, ਬਾਬਾ ਸਾਹਿਬ ਕਹਿੰਦੇ ਐਜੂਕੇਸ਼ਨ ਵਿਦਿਆ ਪੜ੍ਹਾਈ ਸ਼ੇਰਨੀ ਦਾ ਦੁੱਧ ਹੈ, ਜਿਹੜਾ ਪੀਏਗਾ ਉਹ ਦਹਾੜੇਗਾ। ਆਖੋ ਸਤਨਾਮ। ਹੁਣ ਜਿਹੜਾ ਪੀਏਗਾ, ਪੀਏਗਾ ਮੀਨਸ ਜਿਹੜਾ ਪੜ੍ਹੇਗਾ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਕਾਰਾਂ, ਇਹ ਗੱਡੀਆਂ, ਇਹ ਕੋਠੀਆਂ, ਇਹ ਜਿਹੜੇ ਸਥਾਨਕ ਪਦ, ਇਹ ਸਭ ਕੁਛ ਚੰਗੇ ਹੋਟਲਾਂ ਵਿੱਚ ਖਾਣਾ ਮੈਂ ਵੀ ਖਾ ਸਕਦਾ, ਚੰਗੀਆਂ ਗੱਡੀਆਂ ਵਿੱਚ ਮੈਂ ਵੀ ਘੁੰਮ ਸਕਦਾ, ਮੇਰੇ ਬੱਚੇ ਟੌਪ ਯੂਨੀਵਰਸਿਟੀ ਵਿੱਚ ਪੜ੍ਹ ਸਕਦੇ ਨੇ, ਮੇਰੇ ਬੱਚੇ ਵੀ ਫੌਰਨ ਪੜ੍ਹ ਸਕਦੇ ਨੇ, ਮੇਰੇ ਵੀ ਜਹਾਜ਼ ਬਣੇ ਨੇ। ਇਹ ਗੱਲਾਂ ਮਹਿਸੂਸ ਕਰਨੀਆਂ ਉਦੋਂ ਪੈਣਗੀਆਂ ਜੇ ਐਜੂਕੇਸ਼ਨ ਹੀ ਹੋ, ਨਹੀਂ ਤੇ ਫਿਰ ਉਹ ਬੰਦਾ ਚੱਕਦਾ ਕਹੀ ਖੇਤ, ਖੇਤ ਤੋਂ ਕਰੇ ਜਿਹੜਾ 250 ਮਿਲਦਾ ਉਹ ਲੈ ਕੇ ਛਿੱਤਰ ਵੀ ਖਾ ਲੈਂਦਾ, ਗਾਲਾਂ ਵੀ ਖਾ ਲੈਂਦਾ। ਸੱਚ ਜਾਣਿਓ, ਜਦੋਂ ਉਸ ਸੇਰੀ ਦੀ ਬੱਚੀ, ਉਸ ਸੇਰੀ ਦੀ ਪਤਨੀ ਖੇਤ ਜਾਂਦੀ ਹੈ, ਉਹਨੂੰ ਮਾੜੀ ਨਜ਼ਰ ਨਾ ਦੇਖਿਆ ਜਾਂਦਾ। ਸੰਤਰਾਂ ਉਦਾਸੀ ਲੈਂਦਾ ਹੈ, ਜਿੱਥੇ ਬੰਦਾ ਜੰਮਦਾ ਸੇਰੀ ਹੈ, ਤੰਗੀਆਂ ਦੀ ਮੇਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਉਤ ਜੰਮਦੇ ਜਿਹੜੇ, ਤੂੰ ਮਗਦਾ ਰਹੀ ਵੀ ਸੂਰਜਾ ਕਮੀਆਂ ਦੇ। ਕਹਿੰਦੇ ਪੁੱਤ ਜੰਮਦਾ ਮੈਂ ਵੀ ਨਾ ਚੇਤਾ, ਜੰਮਦੇ ਦੇ ਸਿਰ ਕਰਜ਼ਾ ਸੀ, ਜੰਮਦੇ ਦੇ ਸਿਰ ਜਦੋਂ ਸੁਰਤ ਸੰਭਾਲੀ 260,000 ਕਰਜ਼ਾ ਸੀ। ਬੜੀਆਂ ਭੈਣਾਂ ਦਾ ਵਿਆਹ ਮੈਂ ਪੜ੍ਹਾਈ ਛੱਡ ਕੇ ਕੀਤਾ, ਮੇਰੀ ਗ੍ਰੈਜੂਏਸ਼ਨ ਵਿੱਚ ਹੀ ਰੁੜ ਗਈ, ਮੇਰਾ ਏਮ ਸੀ ਮੈਂ ਨੇਵੀ ਵਿੱਚ ਜਾਣਾ ਸੀ, ਪਰ ਅੱਜ ਕੋਈ ਘਾਟ ਨਹੀਂ ਮੈਂ ਵੀ ਕਹੀ ਜਾਵਾਂਗੀ, ਅੱਜ ਵੀ ਨੇਵੀ ਵਾਲੇ ਨੂੰ ਵੱਧ ਕਮਾ ਲਿਆ।
ਪਤਾ ਨਹੀਂ ਕਿੰਨੇ ਲੋਕ ਪੈਰੀਆਂ ਤਲਾਉਂਦੇ, ਕਿੰਨੇ ਲੋਕ ਨਮਸਕਾਰਾਂ ਕਰਦੇ ਆ, ਕਿੰਨੇ ਡੇਰੀ ਦੇ ਪ੍ਰੋਗਰਾਮ ਪੈ ਰਹੇ ਆ। ਪਹਿਲਾਂ ਦੁਬਈ ਜਾ ਕੇ ਆਇਆ, ਹੁਣ ਇਟਲੀ ਦੀਆਂ ਤਿਆਰੀਆਂ। ਵੀਰ ਜੀ ਉਹਨਾਂ ਨੇ ਫਿਲਮ ਬਣਾਈ, ਕਹਿੰਦੇ ਆ ਉਹ ਸ਼ਬਦ ਤੁਸੀਂ ਗਾਓ, ਕਿਉਂਕਿ ਭਰਾਵਾਂ ਨੂੰ ਭਰਾਵਾਂ ਤੇ ਮਾਣ ਹੁੰਦਾ, ਹੋਣਾ ਵੀ ਚਾਹੀਦਾ। ਮੈਂ ਤੇ ਵੀਰ ਜੀ ਨੂੰ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਵੱਡੇ ਹੋ ਤੁਸੀਂ, ਜਿੱਥੇ ਲੋੜਾ ਬੁਲਾ ਲਿਆ ਕਰੋ, ਤੇ ਅਸੀਂ ਵੀ ਜਦੋਂ ਬੁਲਾਉਂਦੇ ਹਾਂ ਜਦੋਂ ਹੁੰਦੇ ਨਹੀਂ। ਕਹਿਣ ਦਾ ਬਾਬਾ ਜੀ ਕਮੀ ਕੋਈ ਨਹੀਂ ਹੈ, ਚੜ੍ਹਦੀ ਕਲਾ ਪੂਰੀ ਬਖਸ਼ਿਸ਼ ਹੈ ਸਤਿਗੁਰੂ ਦੀ, ਜੋ ਜੀ ਕਰਦਾ ਪਾ ਲੈਂਦੇ ਹਾਂ, ਜੋ ਜੀ ਕਰਦਾ ਪਾ ਲੈਂਦੇ ਹਾਂ। ਪਰ ਐਜੂਕੇਸ਼ਨ ਜ਼ਰੂਰੀ ਹੈ, ਐਜੂਕੇਸ਼ਨ ਕਦੀ ਇੰਨੀ ਨਾ ਹੋਵੇ ਵੀ ਪੁੱਤ ਪੜ੍ਹ ਕੇ ਤੇ ਡਾਕਟਰ ਬਣ ਗਿਆ। ਜਦੋਂ ਤੇ ਜੋਬ ਲੈਣੀ ਸੀ ਉਦੋਂ ਤੇ ਐਸਸੀ ਦਾ ਸਰਟੀਫਿਕੇਟ ਅੱਗੇ ਕਰਦਾ ਸੀ, ਜਦੋਂ ਚਾਰ ਛੇਲੜ ਆ ਗਏ ਉਦੋਂ ਕਹਿੰਦਾ ਮੈਂ ਐਸਸੀ ਤੇ ਹੈ ਨਹੀਂ। ਜੋ ਨੌਕਰੀ ਲੈਣ ਵੇਲੇ ਐਸਸੀਆਂ ਦੇ ਜਦੋਂ ਬਣ ਗਏ ਕੁਛ, ਉਦੋਂ ਕਹਿੰਦੇ ਨਾ 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 ਅਸੀਂ ਐਸਸੀ ਦੇ ਉੱਤੇ ਕੁਛ ਹੋਰ ਹੁੰਦੇ, ਅਸੀਂ ਤੇ ਕੁਛ ਹੋਰ ਹੁੰਦੇ। ਐਸਾ ਨਹੀਂ, ਐਸਾ ਨਹੀਂ। ਜਿਸ ਸਮਾਂ ਬਾਬਾ ਸਾਹਿਬ ਕੋਲੋਂ ਕਹਿੰਦੇ ਕੋਈ ਬੜਾ ਆਫੀਸਰ ਬਣਿਆ, ਬਾਬਾ ਸਾਹਿਬ ਕਹਿੰਦੇ ਮੇਰੀ ਕੋਈ ਮੰਗ ਹੈ, ਕਹਿੰਦੇ ਬਾਬਾ ਸਾਹਿਬ ਦੱਸੋ ਮੈਂ ਤੁਹਾਡੀ ਕਿਰਪਾ ਨਾਲ ਆਫੀਸਰ ਬਣਿਆ। ਬਾਬਾ ਸਾਹਿਬ ਕਹਿੰਦੇ ਇੱਕ ਕੰਮ ਕਰਿਆ ਕਰ, ਆਪਣੇ ਆਪਣੇ ਜਿੱਥੋਂ ਤੂੰ ਨਿਕਲਿਆ ਨਾ ਉਸ ਸਮਾਜ ਚ ਇੱਕ ਗੇੜਾ ਹੀ ਮਾਰ ਜਾਂਦਾ ਬਾਬਾ ਸਾਹਿਬ ਕੋ ਸਤਨਾਮ। ਕਿਉਂ? ਕਹਿੰਦੇ ਤੈਨੂੰ ਦੇਖ ਕੇ ਉੱਥੋਂ ਦੇ ਸਮਾਜ ਦੇ ਬੱਚਿਆਂ ਚ ਇੱਕ ਅੱਗ ਲੱਗੇਗੀ, ਇੱਕ ਪ੍ਰੇਰਨਾ ਮਿਲੇਗੀ, ਜਿੱਥੋਂ ਦੀ ਲੰਘੇਗਾ ਲੋਕ ਕਹਿਣਗੇ ਵੀ ਆ ਉਹਨਾਂ ਦਾ ਹੀ ਆ, ਉਹ ਵੀ ਬਣਿਆ। ਇੱਥੋਂ ਨਾ ਕਿਤੇ ਮਨ ਕਹਿੰਦੇ ਹੀ ਆ ਕਿ ਮੈਂ ਵੀ ਬਣ ਸਕਦਾ। ਜਦੋਂ ਮੈਂ ਕਿਸੇ ਦੀ ਨੋਵਾ ਗੱਡੀ ਦੇਖੀ ਸੀ ਮੈਨੂੰ ਮਹਿਸੂਸ ਹੋਇਆ ਸੀ ਵੀ ਮੇਰੇ ਲਈ ਵੀ ਬਣੀ। ਹਾਲਾਂਕਿ ਜਦੋਂ ਮੈਂ ਕੀਰਤਨ ਸਿੱਖਦਾ ਸੀ, ਜਦੋਂ ਮਿਊਜ਼ਿਕ ਸਿੱਖਣ ਲੱਗਿਆ, ਮੇਰੀ ਜੇਬ 'ਚ 10 ਰੁਪਏ ਹੁੰਦੇ ਸੀ। ਇੱਕ ਵਾਰ ਦੀ ਗੱਲ ਸੁਣਾਉਂਦਾ ਕਿ ਕੋਈ ਪੈਂਟ ਹੁੰਦੀ ਸੀ ਕਾਲਜ ਟਾਈਮ, ਪਿੰਡੋਂ ਇੱਕ ਕੁੜੀ ਜਾਂਦੀ ਹੁੰਦੀ ਸੀ ਨਾਲ, ਜਿਹੜੀ ਉਹ ਡਰਾਈਵਰ ਦੇ ਨਾਲ ਸ਼ਿਫਟ ਹੁੰਦੀ ਹੈ। ਮੈਂ ਤਾਂ ਉੱਠਿਆ, ਮੇਰੀ ਪੈਂਟ ਸੀ ਗਿੱਲੀ ਕਿਉਂਕਿ ਅਗਲੇ ਦਿਨ ਵੀ ਪਾਈ ਸੀ, ਆਹੀ ਦਿਨ ਦੇ ਚੱਲਦੀ ਸੀ ਚੰਗੀ ਤਰ੍ਹਾਂ ਸੁੱਕੀ ਨਹੀਂ। ਜਦੋਂ ਮੈਂ ਉੱਠਿਆ ਕਾਲਜ ਜਾਂਦੇ ਹੋਏ ਬੱਸ ਵਿੱਚੋਂ ਕਿਸੇ ਨੂੰ ਸ਼ੀਟ ਛੱਡੀ, ਜਦੋਂ ਮੈਂ ਉੱਠਿਆ ਉਹ ਗਿੱਲੀ ਪੈਂਟ ਉਹਦੀ ਛੱਪ ਗਈ ਜੀਨ ਦੀ, ਉਹ ਹੱਸੀ। ਅੱਜ ਵੀ ਉਹਦਾ ਹਾਸਾ ਮੈਨੂੰ ਦਿਖਦਾ ਹੈ। ਤੇ ਹੁਣ ਅੱਜ ਦੀ ਗੱਲ ਕਰਾਂ, ਅੱਜ ਬਾਬਾ ਸਾਹਿਬ ਦੀ ਕਿਰਪਾ ਨਾਲ ਮੈਂ ਪੜ੍ਹਿਆ, ਮਹਾਰਾਜ ਦੀ ਕਿਰਪਾ ਨਾਲ ਮੈਂ ਅਮਰ ਛਕਿਆ ਕਿ ਪ੍ਰੋਗਰਾਮ ਐਡੀ ਬਖਸ਼ ਸਤਿਗੁਰੂ ਦੀ। ਹੁਣ ਪਤਾ ਨਹੀਂ ਕਿੰਨੀਆਂ ਪੈਂਟਾਂ ਤੇ ਕਿੰਨੀਆਂ ਪਜਾਮੀਆਂ, ਕਿੰਨੇ ਪਜਾਮੇ ਤੇ ਕਿੰਨੇ ਬੂਟ, ਕੋਈ ਪ੍ਰਵਾਹ ਨਹੀਂ, ਕੋਈ ਪ੍ਰਵਾਹ ਹੀ ਨਹੀਂ ਹੁੰਦੀ। ਕਹਿਣ ਦਾ ਭਾਵ ਉਦੋਂ ਦੇ ਹਾਲਾਤਾਂ ਵੀ ਉੱਥੋਂ ਨਿਕਲੇ ਹੱਸੀ। ਤੂੰ ਮਗਦਾ ਨਹੀਂ ਬੇਸੂਰ ਜਾਂ ਕਮੀਆਂ ਦੇ ਵਿਹੜੇ, ਕਮਾਲ ਲਿਖਿਆ ਉਹਨੇ, ਕਮਾਲ ਲਿਖਿਆ। ਇਹ ਸਾਡੇ ਸਮਾਜ ਦੀ ਹਾਲਤ ਹੈ, ਇਹ ਸਾਡੇ ਅਨਪੜ੍ਹ ਸਮਾਜ ਦੀ ਹਾਲਤ ਹੈ। ਅੱਜ ਵੀ ਐਸਾ ਹੀ ਹੁੰਦਾ ਹੈ, ਤਰੀਕੇ ਨਾਲ ਮੂੰਹ ਬੰਦ ਕਰਾਏ ਜਾਂਦੇ ਨੇ ਸਾਡੇ ਸਮਾਜ ਦੇ ਲਈ, ਲੋਕਾਂ ਦੇ ਤਰੀਕੇ ਨਾਲ। ਐਵੇਂ ਸਮਾਜ ਦੇ ਲੋਕੋ, ਮੇਰੀ ਉਹ ਭੈਣੋ, ਮੇਰੀ ਉਹ ਬੱਚੀਓ, ਮੇਰੇ ਬਜ਼ੁਰਗੋ, ਮੇਰੀ ਉਹ ਮਾਤਾਓ, ਹੱਥ ਜੋੜ ਕੇ ਬੇਨਤੀ ਕਰਨਾ, ਇਸ ਬਾਣੀ ਨੂੰ ਪੜ੍ਹੋ, ਇਸ ਬਾਣੀ ਨੂੰ ਪੜ੍ਹੋ, ਇਹਦੇ ਵਿੱਚ ਜੋ ਲਿਖਿਆ ਉਹਨੂੰ ਵਿਚਾਰੋ, ਉਹਨੂੰ ਮੰਨੋ, ਖੁਦ ਸਮਝੋ, ਲੋਕਾਂ ਨੂੰ ਸਮਝਾਓ, ਖੁਦ ਵੀ ਅਮਰਧਾਰੀ ਹੋਵੋ ਤੇ ਲੋਕਾਂ ਨੂੰ ਵੀ ਸਮਝਾਓ। ਕਲਗੀ ਕਰਦੇ ਪੁੱਤਰੋ ਧੀਓ, ਅਮਰਧਾਰੀ ਹੋ ਕੇ ਜੀਓ। ਰਵਿਦਾਸ ਮਹਾਰਾਜ ਜੀ ਦਾ ਜੀਵਨ ਕ੍ਰਾਂਤੀਕਾਰੀ ਜੀਵਨ ਸੀ, ਇਸ ਸਮਾਜ ਨੂੰ ਦੱਬੇ ਕੁਚਲੇ ਸਮਾਜ ਨੂੰ ਅੱਗ ਦਬਾਉਣ ਲਈ ਸਾਰੀ ਉਮਰ ਲਾਤੀ। ਤੇ ਮਹਾਰਾਜ ਤਕਰੀਬਨ 150 ਸਾਲ ਦੀ ਉਮਰ ਹੋ ਕੇ ਗਏ ਨੇ, ਮਹਾਰਾਜ ਦਾ ਕਤਲ ਹੋਇਆ ਕਤਲ ਰਾਜਸਥਾਨ ਦੇ ਵਿੱਚ। ਕਿਉਂ? ਕਿਉਂਕਿ ਜਿਹੜਾ ਮਨੋਵਾਦੀਆਂ ਦੇ ਖਿਲਾਫ਼ ਬੋਲਦਾ ਹੈ, ਸਾਡੇ ਤੇ ਵੀ ਇੱਕ ਦੋ ਹਮਲੇ ਹੋਏ ਨੇ, ਗੱਡੀਆਂ ਸਾਡੀਆਂ ਵੀ ਘੇਰੀਆਂ ਜਾਂਦੀਆਂ ਨੇ। ਤੁਹਾਨੂੰ ਕੀ ਲੱਗਦਾ ਵੀ ਇਸ ਤਰ੍ਹਾਂ ਬੋਲ ਕੇ ਮੈਂ ਸੌਖਾ ਕਰੇ ਪਾਉਂਦਾ? ਤੁਹਾਨੂੰ ਲੱਗਦਾ ਇੰਨਾ ਸਖ਼ਤ, ਇੰਨਾ ਕਿਹੜਾ ਬੋਲ ਕੇ ਸੌਖੇ ਨਹੀਂ ਪਹੁੰਚਦੇ? ਪਰ ਅਸੀਂ ਤਿਆਰੀ ਨਾਲ ਨਿਕਲਦੇ ਹਾਂ, ਅਸੀਂ ਗੱਲ ਦੀ ਤਿਆਰੀ ਨਾਲ ਨਿਕਲਦੇ, ਕਿਉਂਕਿ ਮਹਾਰਾਜ ਨੇ ਸੰਤ ਨਹੀਂ ਬਣਾਇਆ ਕਿਸੇ ਵਿਛੋੜੇ ਨਾਲ। ਮਹਾਰਾਜ ਨੇ ਆ ਵੀ ਤੇ ਬਖਸ਼ੀ ਹੈ ਨਾ, ਕਿਰਪਾ ਨਾਲ ਵੀ ਤੇ ਬਖਸ਼ੀ ਹੈ ਨਾ, ਸੰਤ ਸਿਪਾਹੀ ਆਪੋ ਸਾਧਨਾ। ਸੋ ਪਿਆਰਿਓ, ਮਹਾਰਾਜ ਦਾ ਆਗਮਨ ਪੁਰ ਮਨਾਇਆ, ਪਰ 3-4 ਪੁਆਇੰਟ ਕਲੀਅਰ ਕੀਤੇ ਨੇ। ਜੇ ਬਾਕੀ ਅਰਦਾਸ ਦੇ ਕਹਾਉਂਦੇ ਹੋ, ਜੇ ਬਾਕੀ ਗੁਰੂ ਨਾਨਕ ਦੇ ਕਹਾਉਂਦੇ ਹੋ, ਜੇ ਬਾਕੀ ਕਲੀਆਂ ਵਾਲੇ ਦੇ ਕਹਾਉਂਦੇ ਹੋ, ਹੱਥ ਜੁੜ ਕੇ ਬੇਨਤੀ ਕਰਦਾ
ਬਾਬੇ ਨਾਨਕ ਦੇ ਦਰ ਤੋਂ ਵੱਡਾ ਘਰ ਕੋਈ ਨੀ, ਬਾਬੇ ਨਾਨਕ ਦੇ ਘਰ ਤੋਂ ਵੱਡਾ ਘਰ ਕੋਈ ਨੀ, ਉੱਚਾ ਦਰ ਬਾਬੇ ਨਾਨਕ ਦਾ, ਆਖੋ ਸਤਨਾਮ। ਇਸ ਗੱਲ ਨੂੰ ਭਾਈ ਬਿਲਕੁਲ ਤਹਿ ਦਿਲੋਂ ਮੰਨੋ, ਮਹਿਸੂਸ ਕਰੋ, ਮੰਨੋ। ਇਸ ਦਰ ਤੋਂ ਬਿਨਾਂ ਹੋਰ ਕਿਸੇ ਦਰ ਤੇ ਸਿਰ ਨਾ ਝੁਕਾਇਓ, ਬ੍ਰਾਹਮਣਵਾਦ ਨੂੰ ਰੱਦ ਕਰੋ, ਸੋਮਵਾਰ ਦੇ ਮੰਗਲਵਾਰ ਦੇ ਹੋਰ ਜਿੰਨੇ ਵੀ ਵਰਤ ਵਗੈਰਾ ਰੱਖਦੇ ਹੋ ਛੱਡ ਦੋ ਰੱਖਣੇ, ਇਹਨਾਂ ਨੇ ਕਿਸੇ ਨੇ ਤੁਹਾਡੇ ਲਈ ਕੁਛ ਨੀ ਕੀਤਾ। ਕੋਈ ਸ਼ਿਵ ਜੀ ਨੀ ਬੋਲਿਆ, ਕੋਈ ਰਾਮ ਜੀ ਬੋਲਿਆ, ਕੋਈ ਕ੍ਰਿਸ਼ਨ ਜੀ ਬੋਲਿਆ, ਕੋਈ ਨੀ ਬੋਲਿਆ। ਸਾਡੇ ਲਈ ਤੇ ਗੁਰੂ ਨਾਨਕ ਸਾਹਿਬ ਬੋਲੇ, ਸਾਡੇ ਲਈ ਤੇ ਬਾਬਾ ਸਾਹਿਬ ਬੋਲੇ, ਬਾਬਾ ਸਾਹਿਬ ਬੋਲੇ, ਬਾਬਾ ਸਾਹਿਬ ਨੇ ਤੇਰਾ ਦੇਣ ਨਹੀਂ ਦੇ ਸਕਦਾ। 1950 ਤੋਂ ਪਹਿਲਾਂ ਸੀ ਰਵਿਦਾਸ ਮਹਾਰਾਜ ਦਾ ਅਵਤਾਰ ਗੁਰਬ ਨਹੀਂ ਮਨਾਉਂਦੇ ਹੁੰਦੇ ਸੀ। ਸੰਵਿਧਾਨ ਆਇਆ, ਅਸੀਂ ਜਾਗਰੂਕ ਹੋਏ, ਹੱਕ ਆਏ, ਅਸੀਂ ਪੜ੍ਹੇ, ਪੜ੍ਹ ਕੇ ਸਾਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਮਿਲੀ, ਅਸੀਂ ਅੱਜ ਕਿੰਨੀ ਚੜ੍ਹਦੀ ਕਲਾ ਨਾਲ ਦੇਸ਼ ਵਿੱਚ ਵੀ ਤੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਮਹਾਰਾਜ ਦਾ ਆਗਮਨ ਪੁਰਬ ਮਨਾਉਂਦੇ ਹਾਂ, ਕਿੰਨੀ ਚੜ੍ਹਦੀ ਕਲਾ। ਸੋ ਇੰਨੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ, ਸਭ ਦਾ ਧੰਨਵਾਦ ਭਾਈ। ਕਿਸੇ ਨੂੰ ਕੁਝ ਚੁਭਿਆ ਹੋਵੇ ਤੇ ਮੇਰੇ ਨਾਲ ਵਿਚਾਰ ਕਰ ਲਿਓ, ਮੈਂ ਜਵਾਬ ਦੇ ਹੋਈਆਂ ਬੇਅੰਤ ਫੁੱਲਾਂ ਦੀ ਕਿਵਾ। ਸੰਗਤ ਦਾ ਧੰਨਵਾਦ, ਮੇਰੇ ਸਰਦਾਰਜੋ ਵੀਰ ਜੀ ਹੱਥੀ ਸੰਜੀਵ ਸਵਾਲਪੁਰੀ ਉਹਨਾਂ ਦਾ ਧੰਨਵਾਦ, ਸਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਕੁਛ ਨੀ ਆਉਂਦਾ ਭਾਈ, ਮੁਲਕ ਦੇ ਬੰਦੇ ਆ, ਜੋ ਗੁਰੂ ਸਾਹਿਬ ਬੁਲਾ ਲੈਂਦੇ ਆ ਬੋਲ ਲੈਂਦੇ, ਜੋ ਗੁਰੂ ਸਾਹਿਬ ਦਵਾ ਲੈਂਦੇ ਆ ਉਹ ਗਾ ਲੈਂਦੇ ਆ। ਮਹਾਰਾਜ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਨਾ ਸੇਮ ਇੱਕ ਸੋ ਆਹੀ, ਆਵਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾ ਮੂਲ, ਕਿਉਂ ਕਿਉਂ ਸਹਿਲ ਕਰੇ ਜੋ ਭਾਵ ਹੈ, ਮਹਿਰ ਮਹਿਲ ਨਾ ਕੋ ਅਟਕਾ ਪੈ, ਕਹਿ ਰਵਿਦਾਸ ਖਲਾਸ ਮਹਾਰਾਜ ਜੋ ਹੁਣ ਸ਼ਹਿਰੀ ਸੋ ਗੀਤ ਹਮਾਰਾ। ਆਓ ਇੱਕ ਸ਼ਬਦ ਪੜ੍ਹ ਕੇ ਨਾਮ ਦੀ ਨਾਲ ਸਮਾਪਤੀ ਤੁਹਾਨੂੰ ਸਾਰਿਆਂ ਦੀ, ਸਾਡੇ ਸਾਰਿਆਂ ਵੱਲੋਂ ਸਤਿਗੁਰੂ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਭਾਈ। ਸਭ ਦੇ ਘਰਾਂ ਵਿੱਚ ਚੜ੍ਹਦੀ ਕਲਾ ਹੋਵੇ, ਪਿਆਰ ਇਤਫਾਕ ਸਾਰੇ ਸਮਾਜ ਵਿੱਚ ਬਣਿਆ ਰਹੇ, ਤੁਹਾਡੇ ਬੱਚੇ ਤੁਹਾਡੀ ਆਗਿਆਕਾਰ ਹੋਣ, ਇਹੀ ਅਰਦਾਸ ਹੈ। ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਐਜੂਕੇਸ਼ਨ। Yeah.
Thank you.